ਗੁਰਦੀਪ ਸਿੰਘ ਸੰਧੂ, ਚੇਅਰਮੈਨ ਦਸਮੇਸ਼ ਪਬਲਿਕ ਸਕੂਲ ਮਹੇਸ਼ਰੀ, ਜ਼ਿਲ੍ਹਾ ਮੋਗਾ। ਜਿਹੜਾ ਸਾਡਾ ਸਕੂਲ ਆ ਇਹ ਮਹੇਸ਼ਰੀ ਪਿੰਡ, ਜਿਹੜਾ ਮੋਗਾ ਤੋਂ ਫਿਰੋਜ਼ਪੁਰ ਰੋਡ ਤੋਂ ਤਕਰੀਬਨ ਮੋਗਾ ਤੋਂ 15 ਕਿਲੋਮੀਟਰ ਫਿਰੋਜ਼ਪੁਰ ਵਾਲੀ ਸਾਈਡ 'ਤੇ ਰਾਈਟ ਸਾਈਡ 'ਤੇ ਜਿਹੜਾ ਮਹੇਸ਼ਰੀ ਪਿੰਡ ਸਥਿਤ ਹੈ, ਜੋ ਕਿ ਸਾਡਾ ਸਕੂਲ ਆ ਉਹ ਦੌਲਤਪੁਰਾ ਰੋਡ 'ਤੇ ਸਥਿਤ ਹੈ। ਮਹੇਸ਼ਰੀ ਤੋਂ ਦੌਲਤਪੁਰਾ ਰੋਡ ਰਾਈਟ ਸਾਈਡ 'ਤੇ ਸਾਡਾ ਸਕੂਲ ਹੈ। ਜੇ ਮੈਂ ਸਕੂਲ ਦੇ ਵਿੱਚ ਸੇਵਾਵਾਂ ਦੀ ਗੱਲ ਕਰਾਂ ਤਾਂ ਸਭ ਤੋਂ ਪਹਿਲਾਂ ਜਿਹੜਾ ਛੋਟੇ ਬੱਚਿਆਂ ਦੀ ਗੱਲ ਕਰੀਏ ਤਾਂ ਸਕੂਲ ਦੇ ਵਿੱਚ ਕਿੰਡਰਗਾਰਟਨ ਦੇ ਸਟੂਡੈਂਟਸ ਵਾਸਤੇ ਅਸੀਂ ਜਿਹੜਾ ਏ ਸੀ ਸਾਡੇ ਕੋਲ ਕਲਾਸਰੂਮਸ ਨੇ, ਉਸ ਤੋਂ ਬਾਅਦ ਸਮਾਰਟ LEDs ਜਿਹੜੀਆਂ ਅਵੇਲੇਬਲ ਨੇ ਬੱਚਿਆਂ ਨੂੰ ਸਟੱਡੀ ਕਰਾਉਣ ਵਾਸਤੇ, ਉਸ ਤੋਂ ਬਿਨਾਂ ਜੋ ਸਮਾਰਟ ਕਲਾਸਰੂਮ, ਪ੍ਰੋਜੈਕਟਰ ਰੂਮ ਔਰ ਕੰਪਿਊਟਰ ਲੈਬ ਔਰ ਸਾਇੰਸ ਲੈਬ ਜਿਹੜੀ ਆ ਉਹ ਅਵੇਲੇਬਲ ਨੇ। ਕਿੰਡਰਗਾਰਟਨ ਦੇ ਜਿਹੜੇ ਛੋਟੇ ਸਟੂਡੈਂਟਸ ਨੇ ਉਹਨਾਂ ਵਾਸਤੇ ਸਾਡੇ ਕੋਲ ਐਕਟੀਵਿਟੀ ਰੂਮ ਜਿਹੜਾ ਅਵੇਲੇਬਲ ਹੈ, ਜਿਹਦੇ ਵਿੱਚ ਵੱਖ ਵੱਖ ਤਰ੍ਹਾਂ ਦੇ ਜਿਹੜੇ ਟੋਇਜ਼ ਨੇ ਬੱਚਿਆਂ ਵਾਸਤੇ ਉਹ ਅਵੇਲੇਬਲ ਨੇ, ਜਿਹੜਾ ਬੱਚਿਆਂ ਦਾ ਅਸੀਂ ਪੜ੍ਹਾਈ ਦੇ ਨਾਲ ਨਾਲ ਐਂਟਰਟੇਨ ਵੀ ਕਰਦੇ ਹਾਂ। ਹਾਇਰ ਕਲਾਸ ਦੇ ਬੱਚਿਆਂ ਦੀ ਗੱਲ ਕਰੀਏ ਤਾਂ ਸਾਡੇ ਕੋਲ ਬੱਚਿਆਂ ਵਾਸਤੇ +1-2 ਦੇ ਵਿੱਚ 3 ਸਟਰੀਮਾਂ ਜਿਹੜੀਆਂ ਅਵੇਲੇਬਲ ਨੇ, ਆਰਟਸ, ਨੌਨ ਮੈਡੀਕਲ ਔਰ ਮੈਡੀਕਲ, ਜਿਹੜਾ ਬੱਚਿਆਂ ਨੂੰ ਅਸੀਂ ਇੱਥੇ ਸਾਰਾ ਪ੍ਰੋਵਾਈਡ ਕਰਦੇ ਹਾਂ। ਜੇ ਅਸੀਂ ਸਕੂਲ ਦੇ ਇਨਫਰਾਸਟ੍ਰਕਚਰ ਦੀ ਗੱਲ ਕਰੀਏ ਤਾਂ ਬੱਚਿਆਂ ਵਾਸਤੇ ਬਹੁਤ ਜਿਹੜੇ ਸਾਡੇ ਕੋਲ ਵਾਈਡ ਪਲੇਗਰਾਊਂਡ ਅਵੇਲੇਬਲ ਨੇ। ਗੇਮਸ ਦੀ ਗੱਲ ਕਰੀਏ ਤਾਂ ਸਾਡੇ ਜਿਹੜੇ ਬੱਚੇ ਆ ਇਸ ਸਾਲ ਵੀ ਜਿਹੜੇ ਸਾਡੇ ਸਟੇਟ ਲੈਵਲ ਤੱਕ ਜਿਹੜੇ ਪੁਜੀਸ਼ਨ ਆ ਉਹਨਾਂ ਨੇ ਜਿੱਤੀਆਂ ਨੇ। ਜਿਹਦੇ ਵਿੱਚ ਬੱਚਿਆਂ ਦੀ ਜਿਹੜੀ ਆ ਪ੍ਰੋਗਰੈਸ ਵਾਸਤੇ ਸਮੇਂ ਸਮੇਂ 'ਤੇ ਅਸੀਂ ਜਿਹੜਾ ਉਹ ਪੇਰੈਂਟਸ ਟੀਚਰਸ ਦੀ ਮੀਟਿੰਗ ਵੀ ਔਰਗਨਾਈਜ਼ ਕਰਦੇ ਹਾਂ, ਜਿਹੜਾ ਸਾਲ ਦੇ ਵਿੱਚ 4 ਵਾਰ ਹੁੰਦੀ ਆ, ਔਰ ਪੇਰੈਂਟਸ ਨੂੰ ਬੁਲਾ ਕੇ ਟੀਚਰਸ ਦੇ ਨਾਲ ਉਹਨਾਂ ਨੂੰ ਕਮਿਊਨੀਕੇਟ ਕਰਵਾਇਆ ਜਾਂਦਾ ਕਿ ਬੱਚੇ ਦੀ ਜਿਹੜੀ ਓਵਰਆਲ ਡਿਵੈਲਪਮੈਂਟ ਵਾਸਤੇ ਬੱਚੇ ਦੇ ਜੋ ਇਸ਼ੂਜ਼ ਨੇ ਉਹ ਜਿਹੜੇ ਆ ਉਹ ਸੋਲਵ ਕੀਤੇ ਜਾ ਸਕਣ। ਅੱਜ ਜਿਹੜਾ ਅਸੀਂ ਆਪਣਾ ਐਨੂਅਲ ਪ੍ਰਾਈਡ ਡਿਸਟ੍ਰੀਬਿਊਸ਼ਨ ਐਂਡ ਕਲਚਰਲ ਪ੍ਰੋਗਰਾਮ ਜਿਹੜਾ ਕਰਨ ਜਾ ਰਹੇ ਹਾਂ ਸਕੂਲ ਦੇ ਵਿੱਚ, ਜਿਹਦੇ ਵਿੱਚ ਜੋ ਬੱਚੇ ਪਿਛਲੇ ਅਕੈਡਮਿਕ ਈਅਰ ਦੇ ਵਿੱਚ ਅੱਛੇ ਜਿਹੜੇ ਉਹਨਾਂ ਨੇ ਪਰਫੋਰਮੈਂਸ ਦਿੱਤੀ ਅਕੈਡਮਿਕ ਦੇ ਵਿੱਚ ਹੋਵੇ, ਗੇਮਸ ਦੇ ਵਿੱਚ ਹੋਵੇ ਜਾਂ ਕਿਸੇ ਵੀ ਫੀਲਡ ਦੇ ਵਿੱਚ ਹੋਵੇ, ਉਹਨਾਂ ਨੂੰ ਅਸੀਂ ਸਨਮਾਨਿਤ ਕਰਨ ਜਾ ਰਹੇ ਹਾਂ। ਔਰ ਨਾਲ ਦੀ ਨਾਲ ਜਿਹੜਾ ਬੱਚਿਆਂ ਨੇ ਆਪਣਾ ਫਨ ਦਾ ਮੁਜ਼ਾਹਰਾ ਵੀ ਕਰਨਾ, ਜਿਹਦੇ ਵਿੱਚ ਅਸੀਂ ਸਾਰੇ ਪੇਰੈਂਟਸ ਨੂੰ ਵੀ ਇਨਵਾਈਟ ਕੀਤਾ, ਜਿਹੜਾ ਪੇਰੈਂਟਸ ਵੀ ਉਹ ਆਪਣੇ ਜਿਹੜਾ ਬੱਚਿਆਂ ਨੂੰ ਦੇਖਣਗੇ ਔਰ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਨਗੇ। ਅਕੈਡਮਿਕਸ ਔਰ ਗੇਮਸ ਦੇ ਨਾਲ ਬੱਚਿਆਂ ਦੇ ਜਿਹੜਾ ਮਤਲਬ ਜਨਰਲ ਨੌਲੇਜ ਦੇ ਵਿੱਚ ਵੀ ਅਸੀਂ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਵੀ ਉਹਨਾਂ ਦਾ ਵਾਧਾ ਕਰੀਏ, ਜਿਹਦੇ ਵਿੱਚ ਅਸੀਂ ਜਿਹੜੇ ਬਹੁਤ ਸਾਰੇ ਸੈਮੀਨਾਰਸ ਅਰੇਂਜ ਕਰਦੇ ਰਹਿੰਦੇ ਹਾਂ। ਜਿਹੜੇ ਪਿਛਲੇ ਦਿਨਾਂ ਦੇ ਵਿੱਚ ਬੱਚਿਆਂ ਨੂੰ ਫਸਟ ਏਡ ਦੇ ਸੰਬੰਧ ਦੇ ਵਿੱਚ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਹਦੇ ਵਿੱਚ ਬੱਚਿਆਂ ਨੇ ਫਸਟ ਏਡ ਦੇ ਗੁਣ ਸਿੱਖੇ, ਜਿਸ ਨਾਲ ਬੱਚੇ ਸਮਾਜ ਦੇ ਵਿੱਚ ਵੀ ਆਪਣਾ ਵਧੀਆ ਜਿਹੜਾ ਉਹ ਹੈਲਪ ਕਰ ਸਕਦੇ ਆ ਜੋ ਲੋੜਵੰਦ ਪਰਸਨ ਹੁੰਦਾ। ਔਰ ਇਸ ਤੋਂ ਬਿਨਾਂ ਜਿਹੜਾ ਕੈਂਸਰ ਅਵੇਅਰਨੈਸ ਸੈਮੀਨਾਰ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਵੀ ਹੋ ਕੇ ਹਟਿਆ, ਜਿਹਦੇ ਵਿੱਚ ਸਾਡੇ ਲਖਨਊ ਤੋਂ ਰਿਸੋਰਸ ਪਰਸਨ ਜਿਨ੍ਹਾਂ ਨੇ ਸ਼ਿਰਕਤ ਕੀਤੀ ਔਰ ਬਹੁਤ ਵਿਸਥਾਰ ਨਾਲ ਬੱਚਿਆਂ ਨੂੰ ਕੈਂਸਰ ਦੀ ਬਿਮਾਰੀ ਦੇ ਸੰਬੰਧ ਵਿੱਚ ਦੱਸਿਆ, ਔਰ ਬੱਚਿਆਂ ਨੂੰ ਜਿਹੜਾ ਫਾਰਮਸ ਵਗੈਰਾ ਦੇ ਕੇ ਉਹਨਾਂ ਦੇ ਪੇਰੈਂਟਸ ਤੱਕ ਵੀ ਇਹ ਗੱਲ ਪਹੁੰਚਦੀ ਕੀਤੀ ਆ ਵੀ ਕਿਵੇਂ ਕੈਂਸਰ ਤੋਂ ਬਚਿਆ ਜਾ ਸਕਦਾ ਜਾਂ ਕਿੱਦਾਂ ਇਹਦੇ ਲੱਛਣ ਹੁੰਦੇ ਆ, ਉਹਦੇ ਸੰਬੰਧ ਦੇ ਵਿੱਚ ਵੀ ਬੱਚਿਆਂ ਨੂੰ ਹਮੇਸ਼ਾ ਅਸੀਂ ਜਾਣਕਾਰੀ ਦਿੰਦੇ ਰਹਿੰਦੇ ਹਾਂ। ਮਤਲਬ ਸਾਡਾ ਮਕਸਦ ਬੱਚਿਆਂ ਦੀ ਆਲ ਰਾਊਂਡ ਡਿਵੈਲਪਮੈਂਟ ਤੋਂ ਰਿਹਾ ਹਮੇਸ਼ਾ, ਔਰ ਅਸੀਂ ਜਿਹੜਾ ਬੱਚਿਆਂ ਨੂੰ ਬਹੁਤ ਜੈਨੂਅਨ ਫੀਸਸ ਦੇ ਵਿੱਚ, ਬਹੁਤ ਸਾਡੇ ਚਾਰਜਸ ਜੈਨੂਅਨ ਦੇ ਵਿੱਚ ਅਸੀਂ ਇਹ ਸਾਰਾ ਕੁਝ ਜੋ ਮਾਡਰਨ ਐਜੂਕੇਸ਼ਨ ਦਾ ਸਿਸਟਮ ਆ ਉਹ ਪ੍ਰੋਵਾਈਡ ਕਰ ਰਹੇ। ਥੈਂਕ ਯੂ। ਔਰ ਮੈਂ ਆਖਰ 'ਤੇ 7+ ਟੀਮ ਦੇ ਜਿਹੜੇ ਸਾਡੇ ਮੇਰੇ ਵੀਰ ਨੇ ਨਰੇਸ਼ ਕੌੜਾ ਜੀ, ਉਹਨਾਂ ਦਾ ਇੱਥੇ ਆਉਣ 'ਤੇ ਵੀ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਜਿਹੜਾ ਇੱਥੇ ਸਾਡਾ ਕਵਰਿੰਗ ਕਰਨ ਵਾਸਤੇ ਪਹੁੰਚੇ ਆ। ਬਹੁਤ ਬਹੁਤ ਧੰਨਵਾਦ ਨਰੇਸ਼ ਕੌੜਾ ਜੀ। ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ, ਹੈਲੋ ਐਂਡ ਵੈਰੀ ਗੁੱਡ ਮਾਰਨਿੰਗ ਟੂ ਆਲ ਆਫ ਯੂ। ਅ ਵੈਰੀ ਵੈਰੀ ਵਾਰਮ ਵੈਲਕਮ ਟੂ ਦਿਸ ਵੰਡਰਫੁਲ ਸਪੈਸ਼ਲ ਓਕੇਸ਼ਨ ਦੈਟ ਬ੍ਰਿੰਗਸ ਯੂ ਸੋ ਮੈਨੀ ਸਪੈਸ਼ਲ ਪੀਪਲ ਲਾਈਕ ਯੂ। ਫਸਟ ਆਫ ਆਲ ਅ ਹਿਊਜ ਕਲੈਪਿੰਗ ਫੋਰ ਹਨੀ ਸਰ, ਹੂ ਗੇਵ ਅ ਮੈਲੋਡੀ ਸਟਾਰਟਿੰਗ ਆਫ ਆਵਰ ਫੰਕਸ਼ਨ।
ਕਰਦੀਆਂ ਰਹਤੀ ਹੋ ਬਹੁਤ ਸੋਹਣਾ ਕੀਰਤਨ ਕੀਤਾ ਤੁਸੀਂ ਇੰਨਾ ਸੋਹਣਾ ਲੱਗਾ ਨਾ ਮੈਨੂੰ ਤੁਹਾਡਾ ਕੀਰਤਨ ਲੈ ਆ ਬਹਿ ਗਈ ਮੈਂ ਆਏ ਮੈਨੂੰ ਤਾਂ ਇੱਕ ਵਾਰੀ ਸ਼ਬਦ ਫੇਰ ਸੁਣਾ ਦੇ ਮਾਤਾ ਜੀ ਇੱਥੇ ਕੋਈ ਧਾਰਮਿਕ ਸਮਾਰੋਹ ਨਹੀਂ ਹੋ ਰਿਹਾ ਦਸ਼ਮੇਸ਼ ਪਬਲਿਕ ਸਕੂਲ ਦਾ ਸਾਲਾਨਾ ਸਮਾਰੋਹ ਹੋ ਰਿਹਾ ਉਹ ਨਹੀਂ ਮੈਨੂੰ ਪਤਾ ਮੈਂ ਤਾਂ ਸ਼ਬਦ ਸੁਣਨਾ ਮਾਤਾ ਮੇਰੀ ਗੱਲ ਸੁਣੋ ਸਾਡਾ ਸ਼ਬਦ ਹੋ ਗਿਆ ਹੁਣ ਦੂਜੀਆਂ ਕੁੜੀਆਂ ਆਣਗੀਆਂ ਉਹਨਾਂ ਦਾ ਸੁਣੋ ਪਰ ਮੈਨੂੰ ਤਾਂ ਕੁੜੀਏ ਤੇਰੀ ਵਾਰ ਸੋਹਣੀ ਲੱਗਦੀ ਆ ਤੇ ਤੂੰ ਆ ਡੱਬਾ ਜਾ ਵੀ ਸੋਹਣਾ ਵਜਾਉਂਦੀ ਆ ਜੇ ਤੂੰ ਮੈਨੂੰ ਇੱਕ ਵਾਰੀ ਸ਼ਬਦ ਸੁਣਾ ਦੇਂਗੀ ਨਾ ਮੇਰਾ ਜੀਵਨ ਧੰਨ ਹੋ ਜਾਊਗਾ ਕਰੇਲੇ ਤੇ ਚੁਗਲੀ ਸੋਚਾ ਛੋਟੀ ਸਾਡਾ ਟੈਲੈਂਟ ਤੇ ਚੱਲ ਕੇ ਤਾਂ ਮੈਂ ਟੈਂਟੀ ਵਿੱਚ ਕੋਈ ਪੈਰੀ ਹੱਥ ਨੀ ਅੱਜ ਕੱਲ ਦੇ ਜਵਾਕਾਂ ਨੂੰ ਸੰਸਕਾਰ ਹੀ ਹੈ ਨੀ ਮਾਤਾ ਜੀ ਪੈਰੀ ਪੈਣਾ ਪੁੱਤ ਜਿਉਣਾ ਵਸਦਾ ਰਹਿ ਕੀ ਗੱਲ ਹੋ ਗਈ ਮਾਤਾ ਕਿਉਂ ਜਵਾਕਾਂ ਨਾਲ ਲੜੀ ਜਾਂਦੇ ਗਰਮ ਹੋਏ ਬੈਠੇ ਆ ਕੀ ਹੋ ਗਿਆ ਪੁੱਤ ਕੁਝ ਨਹੀਂ ਮੈਂ ਤਾਂ ਇਹਨਾਂ ਨੂੰ ਸ਼ਬਦ ਲਾਉਣ ਲਈ ਕਿਹਾ ਸੀ ਇਹਨਾਂ ਨੇ ਮੇਰੀ ਭੋਰਾ ਗੱਲ ਨਹੀਂ ਸੁਣੀ ਅੱਛਾ ਅੱਛਾ ਚਲ ਕੋਈ ਨਾ ਮਾਤਾ ਠੰਡੇ ਹੋ ਇਹਨਾਂ ਬੱਚਿਆਂ ਨੂੰ ਜਾਣ ਦਿਓ ਠੀਕ ਹੈ ਅੱਜ ਮੈਂ ਤੁਹਾਨੂੰ ਸ਼ਬਦ ਸੁਣਾਉਣਾ ਇਹਨਾਂ ਨੂੰ ਜਾਣ ਦਿਓ ਇੱਕ ਵਾਰੀ ਲੈ ਪੁੱਤ ਸੁਣਨਾ ਤੁਸੀਂ ਨਾ ਪੁੱਤ ਹੋਰ ਐ ਸੰਭਰੇ ਮੈਂ ਸਿੱਧੂ ਮੂਸੇ ਵਾਲੇ ਸੁਣਦੀ ਚੰਗੀ ਲੱਗਦੀ ਆ ਇਹ ਤਾਂ ਗੱਲ ਹੈ ਮਾਤਾ ਚਲੋ ਤੁਸੀਂ ਸ਼ਬਦ ਸੁਣਨਾ ਆਪਾਂ ਸ਼ਬਦ ਵਾਸਤੇ ਨਵੇਂ ਬੱਚੇ ਬੁਲਾਉਣੇ ਆ ਠੀਕ ਹੈ ਤੇ ਤੁਸੀਂ ਇਦਾਂ ਕਰੋ ਇੱਕ ਵਾਰੀ ਸਟੇਜ ਤੋਂ ਥੱਲੇ ਆਓ ਠੀਕ ਹੈ ਆਪਾਂ ਸੁਣਨਾ ਕਰਦੇ ਲੈ ਪੁੱਤ ਤੂੰ ਤਾਂ ਮੈਨੂੰ ਬਾਲਾ ਹੀ ਚੰਗਾ ਲੱਗਦਾ ਤੇਰੀਆਂ ਗੱਲਾਂ ਤਾਂ ਬਾਲੀਆਂ ਪਿਆਰੀਆਂ ਨੇ ਹਾਂਜੀ ਬਸ ਮੈਂ ਤਾਂ ਸੱਚ ਬੋਲਦਾ ਚੰਗੇ ਚੰਗੇ ਤਾਂ ਆਪੇ ਲੱਗ ਜਾਂਦੀਆਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਕਾਰ ਜਾਏ ਨਿਰਾਸ ਕਿਤੇ।
ਫਤਿਹ। ਸਤਿ ਸ਼੍ਰੀ ਅਕਾਲ ਸਿਮਰਨ। ਸਤਿ ਸ਼੍ਰੀ ਅਕਾਲ ਪ੍ਰਭਲੀਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਂਟੀ ਜੀ ਫਤਿਹ ਬੇਟਾ ਫਤਿਹ। ਕਿੱਥੇ ਚੱਲੇ ਹੋ? ਕਿਤੇ ਨੀ, ਬਸ ਦਰਸ਼ਨ ਨੂੰ ਗੁਰਦੁਆਰੇ ਸਾਹਿਬ ਤੱਕ ਲੈ ਕੇ ਜਾ ਰਹੀ ਹਾਂ। ਤੁਸੀਂ ਕੀ ਕਰ ਆ ਰਹੇ ਹੋ ਅੱਜ ਕੱਲ ਬੱਚਿਆਂ ਨੂੰ ਛੁੱਟੀਆਂ ਵਿੱਚ? ਆਂਟੀ ਜੀ ਮੈਂ ਤਾਂ ਬਾਸਕਟਬਾਲ ਖੇਡਦਾ। ਹਾਂਜੀ, ਪੰਜਾਬ ਬਾਸਕਟਬਾਲ ਖੇਡਦਾ ਹੈ ਤੇ ਜਿਸ ਕੋਲ ਡਾਂਸ ਕਲਾਸ ਜਾਂਦੀ ਹੈ। ਅੱਜ ਕੱਲ ਤਾਂ ਪਤਾ ਨਹੀਂ ਕੀ ਕੀ ਕਰਾਉਣਾ ਪੈਂਦਾ ਹੈ ਬੱਚਿਆਂ ਨੂੰ ਫਿਊਚਰ ਲਈ। ਹਾਂਜੀ ਆਂਟੀ ਜੀ, ਅਸੀਂ ਵੀ ਗੁਰਦੁਆਰੇ ਸਮਰ ਕੈਂਪ ਵਿੱਚ ਬਹੁਤ ਕੁਝ ਸਿੱਖਦੇ ਹਾਂ। ਤੂੰ ਚੁੱਪ ਕਰ। ਨਹੀਂ ਨਹੀਂ, ਅਸੀਂ ਤਾਂ ਗੁਰਦੁਆਰੇ ਮੱਥਾ ਟੇਕਣ ਹੀ ਜਾ ਰਹੇ ਹਾਂ। ਨਹੀਂ ਨਹੀਂ ਆਂਟੀ ਜੀ, ਅਸੀਂ ਸਮਰ ਕੈਂਪ ਹੀ ਜਾ ਰਹੇ ਹਾਂ। ਮੰਮਾ ਤੁਸੀਂ ਝੂਠ ਕਿਉਂ ਬੋਲ ਰਹੇ ਹੋ? ਤੁਸੀਂ ਭੁੱਲ ਗਏ ਮੈਂ ਤੁਹਾਨੂੰ ਕੋਈ ਕਿਹੜੀ ਪੋਇਮ ਸੁਣਾਈ ਸੀ ਕੱਲ? ਹਾਂਜੀ ਸਿਮਰਨ, ਮੈਨੂੰ ਗੁਰਦੁਆਰਾ ਸਾਹਿਬ ਸਮਰ ਕੈਂਪ ਵਿੱਚ ਛੱਡਣ ਜਾ ਰਹੀ ਹਾਂ। ਉੱਥੇ ਵੀ ਇਹਨਾਂ ਨੂੰ ਕਾਫੀ ਕੁਝ ਸਿਖਾਉਂਦੇ ਹਨ, ਜਿਵੇਂ ਗੁਰਮਤ ਕੈਲੀਗ੍ਰਾਫੀ, ਫਿਜ਼ੀਕਲ ਫਿਟਨੈਸ ਤੇ ਡਿਫੈਂਸ ਲਈ ਗੱਤਕਾ, ਗੁਰਮਤ ਸੰਗੀਤ, ਮਾਂ ਬੋਲੀ ਨਾਲ ਜੋੜਨ ਲਈ ਪੰਜਾਬੀ ਤੇ ਸਭ ਤੋਂ ਜ਼ਰੂਰੀ ਬਾਣੀ ਨਾਲ ਵੀ ਜੋੜਦੇ ਹਨ। ਇਹ ਵੀ ਤਾਂ ਫਿਊਚਰ ਲਈ ਕਿੰਨਾ ਜ਼ਰੂਰੀ ਹੈ। ਮਾਂ ਅਚੱਸੀ ਗੁਰਦੁਆਰਾ ਸਾਹਿਬ ਕੈਂਪ ਦੇਖਣ ਚੱਲੀਏ, ਉੱਥੇ ਕੀ ਕੀ ਗਾਉਂਦੇ ਹਨ? ਚੱਲ ਆਪਾਂ ਚੱਲਦੇ ਹਾਂ। ਬੱਚਿਓ, ਕੱਲ ਅਸੀਂ ਗੁਰੂ ਨਾਨਕ ਦੇਵ ਜੀ ਦੇ ਕਿਹੜੇ ਉਪਦੇਸ਼ ਸਿੱਖੇ ਸੀ? ਕੀਰਤ ਕਰੋ, ਨਾਮ ਜਪੋ, ਵਾਣੀ ਛਕੋ। ਤੇ ਹੋਰ ਕੀ ਕੀ ਸਿੱਖਿਆ ਸੀ? ਮੈਮ ਸਾਨੂੰ ਝੂਠ ਨਹੀਂ ਬੋਲਣਾ ਚਾਹੀਦਾ, ਸਾਨੂੰ ਜ਼ਰੂਰਤਮੰਦਾਂ ਦੀ ਮਦਦ ਕਰਨੀ ਚਾਹੀਦੀ ਹੈ ਤੇ ਸਾਨੂੰ ਪੂਰਾ ਤੋਲ ਕੇ ਦੇਣਾ ਚਾਹੀਦਾ ਹੈ। ਮੈਮ ਪੂਰਾ ਤੋਲੇ ਕੀ ਹੁੰਦਾ ਹੈ? ਬੱਚਿਓ, ਜਦੋਂ ਗੁਰੂ ਨਾਨਕ ਦੇਵ ਜੀ ਮੋਦੀਖਾਨੇ ਵਿੱਚ ਕੰਮ ਕਰਦੇ ਸਨ ਤਾਂ ਉਹ 13-13 ਕਰਕੇ ਆਪਣਾ ਹਿੱਸਾ ਵੀ ਜ਼ਰੂਰਤਮੰਦਾਂ ਵਿੱਚ ਵੰਡ ਦਿੰਦੇ ਸਨ ਤੇ ਉਹਨਾਂ ਦਾ ਉਪਦੇਸ਼ ਹੈ ਕਿ ਕਦੇ ਵੀ ਤੋਲਣ ਵਿੱਚ ਬੇਈਮਾਨੀ ਨਹੀਂ ਕਰਨੀ ਚਾਹੀਦੀ, ਪੂਰਾ ਤੋਲ ਕੇ ਦੇਣਾ ਚਾਹੀਦਾ ਹੈ। ਠੀਕ ਹੈ? ਹਾਂਜੀ ਮੈਮ। ਚਲੋ ਸਾਰੇ ਹੁਣ ਮਿਲ ਕੇ ਪੋਇਮ ਰਿਵਾਈਜ਼ ਕਰੀਏ। Thank you.
ਸਾਰੇ ਸਾਡੇ ਨਾਲ ਮਿਲ ਕੇ ਗਾਓਗੇ ਗਾਓਗੇ ਨਾ ਚਲੋ ਅਸੀਂ ਰਲ ਕੇ ਗਾਈਏ ਸਿਆ ਤੁਹਾਡੀ ਤੇਰੇ ਚਾਸ਼ਨੀ ਤਿਆਰ ਨੀ ਹੱਸਿਆ ਤੁਹਾਡੀ
ਹੋਣ ਲੱਗੇ ਹਾਂ। ਗੁਰਬਾਣੀ ਇਸ ਜਗ ਮੈਂ ਚਾਨਣ, ਗੁਰਬਾਣੀ ਇਸ ਜਗ ਮੈਂ ਚਾਨਣ, ਮੈਂ ਦਿਲਾਂ ਦੀ ਕੱਢਦੀ ਏ, ਜਨਮ ਸਫਲ ਹੋ ਜਾਂਦਾ ਸੰਗਤ, ਜੋ ਜੋ ਰਸਨਾ ਰਟਦੀ ਏ, ਜੋ ਜੋ ਰਸਨਾ ਰਟਦੀ ਏ। ਗੁਰਬਾਣੀ ਦੀ ਸ਼ਕਤੀ ਇੰਨੀ, ਡੁੱਬਦੇ ਪੱਥਰ ਤਾਰੇ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ ਜੀ, ਬਾਣੀ ਅੰਮ੍ਰਿਤ ਸਾਰੇ ਜੀ। ਜੋ ਜੋ ਮੰਗੀਏ ਸਤਿਗੁਰ ਦੇਵੇ, ਕਰੇ ਨਾ ਕਦੇ ਨਿਰਾਸ਼ਾ ਜੀ, ਗੁਰਮੁਖ ਬਣ ਕੇ ਇੱਕ ਮਨ ਹੋ ਕੇ, ਸੋਧ ਲਵੇ ਅਰਦਾਸਾ ਜੀ, ਸੋਧ ਲਵੇ ਗੁਰਸਿੱਖ, ਜਾਣੋ ਓਟ ਤਕਾ ਕੇ ਸਭ ਕਸ਼ਟ ਨਿਵਾਰੇ ਜੀ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ ਜੀ, ਬਾਣੀ ਅੰਮ੍ਰਿਤ ਸਾਰੇ ਜੀ। ਉਹ ਖੁਸ਼ੀਆਂ ਦੇ ਮੌਕੇ ਤੇ ਜਿਹੜੇ ਓਟ ਤਕਾਉਂਦੇ ਗੁਰ ਦੀ ਜੀ, ਪੂਰਾ ਹੈ ਵਿਸ਼ਵਾਸ ਖੁਸ਼ੀ ਮਨਾਉਂਦੇ ਦਰਦੀ ਜੀ, ਖੁਸ਼ੀ ਮਨਾਉਂਦੇ ਦਰਦੀ ਜੀ। ਪੱਥਰ ਬਾਰਸ ਬਣ ਜਾਂਦਾ ਹੈ, ਸਤਿਗੁਰ ਕਰੇ ਇਸ਼ਾਰੇ ਜੀ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ ਜੀ, ਬਾਣੀ ਅੰਮ੍ਰਿਤ ਸਾਰੇ ਜੀ। ਸੰਗਤ ਜੀ ਬਾਬੇ ਮੂੰਹ ਨੂੰ ਲਾ ਲਿਆ, ਕਹਿੰਦਾ ਪਹਿਚਾਨਿਆ ਨੀ ਕਾਕਾ, ਕਿਹੜਾ ਤੂੰ ਭਾਈ ਹੈ, ਕਿੱਥੇ ਪਿੰਡ ਤੇਰਾ, ਕਿਹੜੇ ਪਿੰਡ ਦਾ ਗ੍ਰਾਹੀ ਹੈ। ਮੈਂ ਕਿਹਾ ਬਜ਼ੁਰਗੋ ਮਾਸਟਰ ਸਰਕਾਰੀ ਆ, ਲਾਈ ਮੇਰੀ ਡਿਊਟੀ ਕਰਦਾ ਮਰਦਮ ਸ਼ੁਮਾਰੀ ਆ, ਮੈਂ ਤੁਹਾਡਾ ਸਾਰਾ ਪਰਿਵਾਰ ਲਿਖਣਾ, ਕਿੰਨੇ ਆ ਮੈਂਬਰ ਘਰ ਬਾਹਰ ਲਿਖਣਾ। ਮੱਧਮ ਜਿਹੀ ਗੱਲ ਸੁਣ ਅੱਖਾਂ ਵਿੱਚ ਪਾਣੀ ਆ ਗਿਆ, ਜਾਂਦਾ ਜਾਂਦਾ ਹੰਝੂ ਬਾਬੇ ਨੂੰ ਰੋਆ ਗਿਆ। ਹੌਸਲਾ ਜਾ ਕਰ, ਫਿਰ ਬਾਬਾ ਬੋਲਿਆ, ਜ਼ਿੰਦਗੀ ਦਾ ਆਉਣੇ ਸੀ ਰਾਜ ਖੋਲਿਆ, ਚਾਰ ਪੁੱਤ ਪੰਜ ਪੋਤੇ, ਵੱਡਾ ਪਰਿਵਾਰ ਸੀ, ਕਿਸੇ ਵੇਲੇ ਸ਼ੇਰਾ ਮੈਂ ਨੱਥਾ ਸਿੰਘ ਸਰਦਾਰ ਸੀ, ਮਿੱਟੀ ਵਾਲੇ ਮਿੱਟੀ ਹੋ ਕੜੀਆਂ ਕਮਾਈਆਂ ਮੈਂ, ਪੈਰਾਂ ਵਿੱਚ ਵੇਖ ਸ਼ੇਰਾ ਪਾਟੀਆਂ ਵੀ ਆਈਆਂ ਹੋਏ, ਖੱਤ ਕਰ ਕਰ ਕੰਮ ਦੀਆਂ ਮਿੱਟੀਆਂ ਲਕੀਰਾਂ ਹੋਏ, ਪੁੱਤ ਪੋਤਿਆਂ ਨੂੰ ਬਣਾ ਦਿੱਤੀਆਂ ਜੰਜੀਰਾਂ ਹੋਏ। ਗੋਡੇ ਮੋਡੇ ਫੇਰ ਮੇਰੇ ਦੇ ਗਏ ਜਵਾਬ ਸੀ, ਪੁੱਤ ਮੇਰੇ ਲੱਗੇ ਉਹ ਤੋਂ ਕਰਨ ਹਿਸਾਬ ਸੀ, ਘਰ ਪਾਣੀ ਸੰਦ ਸਭ ਦਾ ਹਿੱਸਾ ਪੈ ਗਿਆ, ਬਾਪੂ ਤੇਰਾ ਪੁੱਤ ਅਣਵੰਡਿਆ ਹੀ ਰਹਿ ਗਿਆ, ਘਰ ਵਾਲੀ ਵੀ ਮੇਰੀ ਛੱਡ ਅੱਧ ਵਿਚਕਾਰ ਗਈ, ਥੋੜਾ ਟਾਈਮ ਹੋਇਆ ਪੁੱਤ ਸਵਰਗ ਸੁਧਾਰ ਗਈ।
ਜਿਵੇਂ ਗੱਡੇ ਜੋੜੇ ਜਿਵੇਂ ਗੱਡੇ ਜੋੜੇ ਅੱਜ ਗੱਡੀਆਂ ਚ ਬਹਿੰਦੇ ਨੇ ਸਾਡੇ ਬੁੜੇ ਨੇ ਕੀ ਕੀਤਾ ਜੇ ਲੋਕਾਂ ਕੋਲੇ ਕਹਿੰਦੇ ਨੇ ਕੋਠੀਆਂ ਚੋਂ ਨਿਕਲ ਮੰਜਾ ਬਾਗਲ ਵਿੱਚ ਡਹਿ ਗਿਆ ਨੱਥਾ ਸਿੰਘ ਸਰਦਾਰ ਹੁਣ ਨੱਥੂ ਬੁੜਾ ਰਹਿ ਗਿਆ ਲੋਕੋ ਲੱਜੋ ਡਰਦਿਆਂ ਨੇ ਇੱਕ ਦੂਜੇ ਦੀ ਗੱਲ ਮੰਨ ਲਈ ਮਹੀਨਾ ਮਹੀਨਾ ਸਾਹਮਣੇ ਦੀ ਚਾਰ ਆਣੇ ਵਾਲੀ ਬੰਨ ਲਈ ਤੀਹ ਇਕੱਤੀ ਦਿਨਾਂ ਦਾ ਸ਼ੇਰਾ ਫੇਰ ਰੌਲਾ ਪੈ ਗਿਆ ਮਾਰਚ ਮਈ ਵਾਲੇ ਕਹਿੰਦੇ ਬਾਪੂ ਇੱਕ ਦਿਨ ਵੱਧ ਰਹਿ ਗਿਆ ਜਾਂ ਇੱਕ ਗੱਲ ਕੰਨੀ ਪਾ ਦੇ ਤੂੰ ਆਪਣੀ ਸਰਕਾਰ ਦੇ ਹਰ ਬਾਜੀ ਦੀ ਜੋ ਜੇਤੂ ਹੁੰਦੇ ਆਪਣੀ ਔਲਾਦ ਹੱਥੋਂ ਹਾਰਦੇ ਤੁਸੀਂ ਕਹਿੰਦੇ ਆ ਤਰੱਕੀ ਅਸੀਂ ਕਰ ਲਈਓ ਕਿਉਂ ਇੱਕ ਗੱਲ ਭੁੱਲਦੇ ਇੱਥੇ ਤਰੱਕੀ ਆਣੇ ਲੋਕੋ ਦੱਸੋ ਕਾਹਦੀਆਂ ਉਹ ਜਿੱਥੇ ਬਾਗ ਬਾਗ ਰੁਲਦੇ ਮੈਨੂੰ ਮਾਫ਼ ਕਰੀ ਪੁੱਤਰਾ ਮੈਂ ਅੱਜ ਜਵਾਤੀ ਹੋ ਗਿਆ ਤੂੰ ਭਰਨੇ ਸੀ ਫਾਰਮ ਦੇ ਖਾਤੇ ਮੈਥੋਂ ਖੱਪੜ ਖਲੋ ਗਿਆ ਉੱਠ ਖੜਾ ਬੇਬਸ ਹੋ ਕੇ ਅੱਖਾਂ ਵਿੱਚ ਪਾਣੀ ਵਹਿ ਗਿਆ ਪਿੰਨ ਡਿੱਗ ਪਿਆ ਹੱਥ ਵਿੱਚੋਂ ਫਾਰਮ ਵੀ ਖਾਲੀ ਰਹਿ ਗਿਆ ਬਜ਼ੁਰਗ ਹੁੰਦੇ ਨੇ ਘਰਾਂ ਦੀਆਂ ਰੌਣਕਾਂ ਨਾ ਰੌਣਕਾਂ ਮਟਾਇਓ ਸੋਹਣਿਓ ਇਹ ਮਾਲੀਓ ਬੂਟੇ ਲਾਉਣ ਵਾਲੇ ਧੁੱਪੇ ਨਾ ਬਿਠਾਇਓ ਸੋਹਣਿਓ ਦੋ ਸਾਲ ਬਾਅਦ ਮੈਨੂੰ ਜਾਣਾ ਪਿਆ ਬਾਹਰ ਸੀ ਚੰਡੀਗੜ੍ਹ ਲੱਗਾ ਉਹ ਤੋਂ ਮੇਰਾ ਸੈਮੀਨਾਰ ਸੀ ਘੁੰਮਦਾ ਸੀ ਮੈਂ ਜਿੱਦੇ ਐਤਵਾਰ ਸੀ ਪਾਰਕ ਚ ਬੈਠਾ ਬਾਬਾ ਪੜ੍ਹੀ ਜਾਂਦਾ ਅਖਬਾਰ ਸੀ ਚਿੱਟੇ ਕੱਪੜੇ ਸੋਹਣੀ ਬੰਨੀ ਦਸਤਾਰ ਸੀ ਮੈਂ ਵੀ ਬਾਬਾ ਜੀ ਵੱਲ ਕਰਿਆ ਖਿਆਲ ਕੋਲ ਜਾ ਕੇ ਬੁਲਾਈ ਮੈਂ ਸਤਿ ਸ੍ਰੀ ਅਕਾਲ ਜੀ ਬਾਬਾ ਜੀ ਨੇ ਮੈਨੂੰ ਫਿਰ ਲਿਆ ਪਹਿਚਾਣ ਸੀ ਉਹਨਾਂ ਵੱਲ ਵੇਖ ਮੈਨੂੰ ਚੇਤੇ ਆਈ ਇੱਕ ਕਹਾਣੀ ਸੀ ਇਹ ਤਾਂ ਉਹੀਓ ਬਾਬਾ ਨੱਥਾ ਇਹ ਤਾਂ ਸ਼ਕਲ ਤਾਂ ਲੱਗਦੀ ਜਾਣੀ ਪਹਿਚਾਣੀ ਸੀ ਉਹਨਾਂ ਕੋਲ ਪੁੱਛਿਆ ਮੈਂ ਇੱਕੋ ਹੀ ਸਵਾਲ ਸੀ ਪਿੰਡੋਂ ਤੁਸੀਂ ਚੰਡੀਗੜ੍ਹ ਆਏ ਕੀ ਦੇ ਨਾਲ ਜੀ ਪੁੱਤ ਪੋਤਿਆਂ ਦੀ ਸ਼ੇਰਾ ਦੱਸੀ ਸੀ ਕਹਾਣੀ ਮੈਂ ਦੱਸਣੀ ਭੁੱਲ ਗਿਆ ਸੀ ਤੈਨੂੰ ਇੱਕ ਧੀ ਰਾਣੀ ਮੈਂ ਪਿੰਡ ਜਦੋਂ ਗਈ ਪਤਾ ਲੱਗਾ ਉਰੇ ਤੇ ਪਰੇ ਹੈ ਛੋਟੇ ਪੋਤੇ ਨੇ ਕਿਹਾ ਭੂਆ ਬਾਪੂ ਤਾਂ ਬਾਹਰਲੇ ਘਰੇ ਹੈ ਭੱਜੀ ਭੱਜੀ ਉਹ ਆਈ ਮੇਰੇ ਵੱਲ ਸੀ ਰੋ ਰੋ ਦੱਸ ਦਿੱਤੀ ਮੈਂ ਵੀ ਸਾਰੀ ਗੱਲ ਸੀ ਜਿਸ ਤਾਣੇ ਤੇ ਬੈਠੇ ਸੀ ਉਹੀਓ ਧੀਏ ਵੱਢਤਾ ਘਰ ਦਾ ਹੀ ਮਾਲਕ ਉਹਨਾਂ ਘਰੋਂ ਕੱਢਤਾ ਮੇਰੇ ਨਾਲ ਚੱਲੋ ਸੰਭਾਲ ਕਰੂ ਮੈਂ ਆਪ ਜੀ ਰੁਲਣ ਨਹੀਂ ਉਹ ਦਿੰਦੀ ਮੇਰਾ ਪਿਆਰਾ ਬਾਪ ਜੀ ਨਾ ਧੀਏ ਨਾ ਮੇਨਾ ਵੱਜੂ ਜੱਗਦਾ ਧੀ ਦੇ ਘਰ ਬੈਠਾ ਮੈਂ ਚੰਗਾ ਨਹੀਂ ਉਹ ਲੱਗਦਾ ਮੇਰੇ ਚਾਹ ਪੂਰੇ ਕੀਤੇ ਬਾਪੂ ਹਰ ਰੁੱਤ ਜੀ ਧੀ ਨਹੀਂ ਆ ਮੈਂ ਤੁਹਾਡਾ ਪੰਜਵਾਂ ਪੁੱਤ ਜੀ ਇੰਨੀ ਗੱਲ ਸੁਣ ਸ਼ੇਰਾ ਹੋ ਗਿਆ ਮੈਂ ਖੜਾ ਸੀ ਉਸ ਵੇਲੇ ਧੀ ਉੱਤੇ ਆਇਆ ਮਾਣ ਬੜਾ ਸੀ ਬਾਹਾਂ ਫੜ ਉਸਨੇ ਗੱਡੀ ਚ ਬਿਠਾ ਲਿਆ ਇਸੇ ਤੇਰਾ ਬਸ ਸ਼ੇਰਾ ਚੰਡੀਗੜ੍ਹ ਆ ਗਿਆ ਸੇਵਾ ਕਰ ਦੇਣੇ ਬਹੁਤ ਚੱਕ ਦਿੱਤੀ ਤੰਗੀ ਜੀ ਆ ਵੇਖ ਸਿਹਤ ਪਹਿਲਾਂ ਨਾਲੋਂ ਹੋਈ ਕਿੰਨੀ ਚੰਗੀ ਜੀ ਪਹਿਲਾਂ ਨਾਲੋਂ ਹੁਣ ਵਾਲਾ ਬਦਲ ਗਿਆ ਟਾਈਮ ਜੀ ਧੀਆਂ ਨਾਲੋਂ ਪੁੱਤ ਚੰਗੇ ਕੱਢ ਦਿਓ ਵਹਿਮ ਜੀ ਧੀਆਂ ਨਾਲੋਂ ਪੁੱਤ ਚੰਗੇ ਕੱਢ ਦਿਓ ਵਹਿਮ ਜੀ ਥੈਂਕ ਯੂ ਪਿਆਰੀ ਮਾਂ ਓ ਮਾਂ ਮੇਰੀ ਮਾਂ ਪਿਆਰੀ ਮਾਂ ਮੰਮਾ ਹੱਥੋਂ ਕੀ ਲਕੀਰੇਂ ਬਦਲ ਜਾਏਂਗੀ ਗਮ ਕੀ ਜ਼ੰਜੀਰੇਂ ਪਿਘਲ ਜਾਏਂਗੀ ਹੋ ਖੁਦਾ ਪੇ ਵੀ ਅਸਰ ਕਿਸਮਤ ਵੀ ਸਵਰ ਜਾਏਗੀ ਜ਼ਿੰਦਗੀ ਤਾਰਾਨੇ ਖੁਸ਼ੀ ਕੇ ਗਾਏਗੀ ਤੇਰੇ ਹੋਤੇ ਕਿਸ ਕਾ ਡਰ ਪਿਆਰੀ ਮਾਂ ਮੰਮਾ
ਜਿਹੜਾ ਗੀਤ ਪੇਸ਼ ਕਰਨ ਜਾ ਰਹੀ ਹਾਂ ਇਹ ਮੇਰੇ ਦਿਲ ਦੇ ਬਹੁਤ ਕਰੀਬ ਹੈ। ਗੀਤ ਦਾ ਨਾਮ ਹੈ ਪੰਜਾਬੀ ਮੁਟਿਆਰਾਂ ਤੇ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਵੇਗਾ। ਭਾਵੇਂ ਸਾਰੀ ਦੁਨੀਆਂ ਚ ਜਾ ਕੇ ਵੇਖ ਲਓ, ਉਸ ਨੇ ਮੁਕਾਬਲਾ ਕਰਾ ਕੇ ਵੇਖ ਲਓ। ਭਾਵੇਂ ਸਾਰੀ ਦੁਨੀਆਂ ਚ ਜਾ ਕੇ ਵੇਖ ਲਓ, ਉਸ ਨੇ ਮੁਕਾਬਲਾ ਕਰਾ ਕੇ ਵੇਖ ਲਓ। ਫਿਰ ਵੀ ਜੇ ਕਿਸੇ ਨੂੰ ਇਹ ਝੂਠ ਲੱਗਦਾ, ਹਰ ਸ਼ਤ ਵਾਰੀਆਂ ਬੁਲਾ ਕੇ ਵੇਖ ਲਓ। ਬਾਬਾ ਸੱਚ ਰੱਬ ਦੇ ਦੁਆਰਾ ਮਲਦਾ, ਰੂਪ ਕਿਤੇ ਨੀ ਪੰਜਾਬੀ ਮੁਟਿਆਰਾਂ ਵਰਗਾ। I am Chandra Singh from Plus One Arts. Today I representing song Baby. ओ बेबी करिया ना कर दिल छोटा, बड़ा कुछ कहना हले लुका। ओ फायदा किया दुनिया ते आउण दा, जे मूरे बखा दे गोडे टेकते। ओ बेबी बहुतियां नूं पैणगियां नंगला, तेरे पुत दी चढ़ाई देंगे। ओ बेबी बहुतियां नूं पैणगियां नंगला, तेरे पुत दी चढ़ाई देंगे। ਸਮਾਂ ਦਊਗਾ ਜਵਾਬ ਇਸ ਗੱਲ ਦਾ, ਹੋਰਾਂ ਮਾਰ ਗੋਡਿਆਂ ਨਾ ਕਰਿਆ। ਇੱਕ ਤੂੰ ਦੂਜਾ ਰੱਬ ਮੇਰਾ ਜਾਣਦਾ, ਇਸੇ ਪਿੰਜ ਤੱਕ ਵੀਰਾਂ ਨਾਲ ਲੜਿਆ। ਬੇਬੇ ਬਹੁਤਿਆਂ ਨੂੰ ਪੈਣਗੀਆਂ ਦੰਦਲਾਂ, ਤੇਰੇ ਪੁੱਤ ਦੀ ਚੜ੍ਹਾਈ ਵੇਖੇ। ਓ ਬੇਬੇ ਬਹੁਤਿਆਂ ਨੂੰ ਪੈਣਗੀਆਂ ਦੰਦਲਾਂ, ਤੇਰੇ ਪੁੱਤ ਦੀ ਚੜ੍ਹਾਈ ਵੇਖੇ। ਓ ਬੇਬੇ ਦੁਨੀਆਂ ਦਾ ਕੰਮ ਚੱਲਾ ਕਰਾਂ, ਮਨ ਕਰਿਆ ਨਾ ਕਰ ਜੰਗਲ ਦੇ। ਸਿੱਧ ਦੇ ਨਾ ਖਾਧੀਆਂ ਨੇ ਡੋਕਰਾਂ, ਦੇਖੀ ਕਾਮਯਾਬੀ ਆਊ ਚੱਲ ਕੇ। ਕੁਛ ਤਾਂ ਖਾਧੀਆਂ ਨੇ ਠੋਕਰਾਂ, ਦੇਖੀ ਕਾਮਯਾਬੀ ਆਊ ਚੱਲ ਕੇ। ਅੱਜ ਸਾਨੂੰ ਗੱਲਾਂ ਜੋ ਸੁਣਾਉਂਦੇ, ਅੱਜ ਸਾਨੂੰ ਗੱਲਾਂ ਜੋ ਸੁਣਾਉਂਦੇ, ਵੇਖੀ ਲੰਘਣੇ ਗਏ ਮੱਥੇ ਟੇਕ ਕੇ। ਓ ਬੇਬੇ ਬਹੁਤਿਆਂ ਨੂੰ ਪੈਣਗੀਆਂ ਦੰਦਲਾਂ, ਤੇਰੇ ਪੁੱਤ ਦੀ ਚੜ੍ਹਾਈ ਵੇਖ ਕੇ। ਓ ਬੇਬੇ ਬਹੁਤਿਆਂ ਨੂੰ ਪੈਣਗੀਆਂ ਦੰਦਲਾਂ, ਤੇਰੇ ਪੁੱਤ ਦੀ ਚੜ੍ਹਾਈ ਵੇਖ ਕੇ। ਓ ਬੇਬੇ ਬਹੁਤਿਆਂ ਨੂੰ ਪੈਣਗੀਆਂ ਦੰਦਲਾਂ, ਤੇਰੇ ਪੁੱਤ ਦੀ ਚੜ੍ਹਾਈ ਵੇਖ ਕੇ। ਲਾਪਰਵਾਹੀ, ਸੋ ਥੋੜ੍ਹਾ ਹੀ ਫਰਕ ਹੈ, ਐਂਡ ਲਾਪਰਵਾਹੀ ਜ਼ਿੰਦਗੀ ਦਾ ਬਹੁਤ ਹੀ ਅਨਮੋਲ ਗਹਿਣਾ। ਸੋ ਇਹਦੇ ਲਈ ਦੋ ਲਾਈਨਾਂ ਹੈਗੀਆਂ, ਲਾਪਰਵਾਹੀ ਜਾਂ ਬੇਪਰਵਾਹੀ। ਮੇਰੇ ਫੇਵਰੇਟ ਸਿੰਗਰ ਹੈ ਸਤਿੰਦਰ ਸਰਤਾਜ, ਸੋ ਉਹਦੀਆਂ ਦੋ ਲਾਈਨਾਂ ਨੇ। ਜਿਹੜੇ ਬੇਫਿਕਰ ਜੇ ਫਕੀਰ ਆਦਮੀ, ਇਹੋ ਮੈਨੂੰ ਲੱਗਦੇ ਅਮੀਰ ਆਦਮੀ। ਜਿਹੜੇ ਬੇਫਿਕਰ ਜੇ ਫਕੀਰ ਆਦਮੀ, ਇਹੋ ਮੈਨੂੰ ਲੱਗਦੇ ਅਮੀਰ ਆਦਮੀ। ਸ਼ਾਹ ਨਾਲੋ ਸ਼ਾਨ ਖੁਸ਼ ਰੰਗ ਦੋਸਤੋ, ਕਦੇ ਖੁਸ਼ਹਾਲ ਕਦੇ ਤੰਗ ਦੋਸਤੋ। ਜ਼ਿੰਦਗੀ ਦੇ ਗੂੜੇ ਫਿੱਕੇ ਰੰਗ ਦੋਸਤੋ, ਕਦੇ ਖੁਸ਼ਹਾਲ ਕਦੇ ਤੰਗ ਦੋਸਤੋ। ਸੋ ਜ਼ਿੰਦਗੀ ਬਹੁਤ ਸਾਰੇ ਰੰਗਾਂ ਦਾ ਸੁਮੇਲ ਆ। ਸੋ ਜ਼ਿੰਦਗੀ ਵਿੱਚ ਸੁੱਖ ਦੁੱਖ ਇਹ ਚੀਜ਼ਾਂ ਆਉਂਦੀਆਂ ਰਹਿੰਦੀਆਂ। ਸੋ ਜਿੱਦਾਂ ਸੱਤ ਰੰਗਾਂ ਨੂੰ ਮਿਲਾ ਕੇ ਸਤਰੰਗੀ ਪਿੰਕ ਬਣਦੀ ਆ, ਉਸੇ ਤਰ੍ਹਾਂ ਲਾਈਫ ਦੇ ਵਿੱਚ ਹੁੰਦਾ, ਜ਼ਿੰਦਗੀ ਹੁੰਦੀ ਆ। ਜ਼ਿੰਦਗੀ ਵਿੱਚ ਅਲੱਗ ਅਲੱਗ ਰੰਗ ਹੁੰਦੇ ਆ, ਕਦੇ ਨਿਰਾਸ਼ਾ। ਕੌਣ ਕੱਢੂ ਤੇਰਾ ਕਾਂਡੜਾ ਮੁੰਡਿਆ ਦੇ ਨੀ, ਕੌਣ ਸਹੂ ਤੇਰੀ ਪੀੜ ਬਾਕੀਏ ਨਾ ਦੇ ਨੀ। ਅੜੀਏ ਕੌਣ ਸਹੂ ਤੇਰੀ ਪੀੜ ਬਾਕੀਏ ਨਾ ਦੇ ਨੀ। We'll be right back.
So two lines, one of Punjabi. So how many Punjabans are here? Kinya Punjabans are? Baki Punjabans are not here? Okay, Punjabans are not here? Okay. So, khade makhan pede, paani pitte panch daryawan de. Khade makhan pede, paani pitte panch daryawan de. Jadon udde fulkari odi, badlan rukh hawaawan de. Kul duniya utte chart Punjabans di, kharke vekh skinna. ਮੜਕ ਪੰਜਾਬਾਂ ਦੀ ਕਹਿੰਦੇ ਪੰਜਾਬਾਂ ਦੀ ਆਨ ਵੱਖਰੀ ਪੰਜਾਬਾਂ ਦੀ ਸ਼ਾਨ ਵੱਖਰੀ ਉਹਦਾ ਮੁਕਾਬਲਾ ਕਿੱਥੇ ਆ ਪੰਜਾਬਾਂ ਦੀ ਪਹਿਚਾਨ ਵੱਖਰੀ ਮੇਰੀ ਯਾਨੀ ਕਿ ਰਾਣੀ ਰਣਦੀਪ ਦੀ ਬੜੇ ਚਿਹਰਾ ਤੋਂ ਦਿਲੀ ਰੀਤ ਸੀ ਕਿ ਆਪਣੇ ਵਡੇਰਿਆਂ ਦੇ ਪਾਏ ਪੂਰਨਿਆਂ ਨੂੰ ਯਾਦ ਕਰਾਂ ਪੁਰਾਣੀ ਰੀਤੀ ਰਿਵਾਜ਼ਾਂ ਨੂੰ ਤਾਜ਼ਾ ਕਰਾਂ ਸੋ ਮੈਂ ਜਾਲੀ ਭਾਜੀ ਦੀ ਮਸ਼ਕੂਰ ਹਾਂ ਜਿਨ੍ਹਾਂ ਨੇ ਮੈਨੂੰ ਨਿਊਯਾਰਕ ਤੋਂ ਆਏ ਬਲਜੀਤ ਮਾਲਵਾ ਜੀ ਦੇ ਨਾਲ ਆਪਣੇ ਪਿਛੋਕੜ ਵੱਲ ਗਹਿਰੀ ਨਜ਼ਰ ਮਾਰਨ ਦਾ ਮੌਕਾ ਦਿੱਤਾ ਜਿਹੜੇ ਆਪਣੇ ਵਿਰਸੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਤਾਂ ਮੁਬਾਰਕ ਹੈ ਤੇ ਜਿਹੜੇ ਆਪਣੇ ਵਿਰਸੇ ਨੂੰ ਭੁੱਲ ਗਏ ਨੇ ਜਾਂ ਭੁੱਲਦੇ ਜਾ ਰਹੇ ਨੇ ਉਹਨਾਂ ਲਈ ਇਹ ਗੁਜ਼ਾਰਿਸ਼ ਹੈ
ਤੁਨਕਾ ਤੁਨਕਾ ਕਰਕੇ ਇਹ ਗੁੱਡੀ ਚੜਦੀ ਆਉਂਦੀ ਆ ਤੁਨਕਾ ਤੁਨਕਾ ਕਰਕੇ ਇਹ ਗੁੱਡੀ ਚੜਦੀ ਆਉਂਦੀ ਆ ਥੈਂਕਸ ਜਿੱਥੇ ਰੁੱਖ ਵੀ ਨਾ ਇਹਨਾਂ ਦੇ ਕੌੜਿਆਂ ਵਰਗੇ ਮੂੰਹਾਂ ਉੱਤੇ ਮੁੱਛ ਵੀ ਨਾ ਚਾਂਜੀ ਉਸ ਪਿੰਡੋਂ ਆਏ ਜਿੱਥੇ ਦੂਧ ਵੀ ਨਾ ਇਹਨਾਂ ਦੇ ਖੱਪੜਾਂ ਵਰਗੇ ਮੂੰਹਾਂ ਉੱਤੇ ਰੂਪ ਵੀ ਨਾ ਚਾਂਜੀ ਉਸ ਪਿੰਡੋਂ ਆਏ ਜਿੱਥੇ ਡਾਲੀ
मामा वांगू पाल दिया पीयू पुतारू मामा वांगू पाल दिया पीयू पुतारू
Suhe ve Chirewale.
Yeah.
ਸਾਡੇ ਚੀਫ ਗੈਸਟ ਸਰਦਾਰ ਸਾਹਿਬਜੀਤ ਸਿੰਘ ਸੰਧੂ, ਉਹਨਾਂ ਦਾ ਪੂਰਾ ਪਰਿਵਾਰ, ਦੂਰੋਂ ਪਹੁੰਚੇ ਸਾਡੇ ਮਹਿਮਾਨ ਜੋ ਆਪਣਾ ਬਹੁਤ ਬੇਸ਼ਕੀਮਤੀ ਸਮਾਂ ਕੱਢ ਕੇ ਸਾਡੇ ਐਨੂਅਲ ਫੰਕਸ਼ਨ ਵਿੱਚ ਸ਼ਮੂਲੀਅਤ ਕੀਤੀ ਆ, ਸਾਰਿਆਂ ਨੂੰ ਤਹਿ ਦਿਲੋਂ ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਆਪਾਂ ਨੂੰ ਆਪਣੇ ਦੇਖ ਕਾਫੀ ਸਮੇਂ ਤੋਂ ਸੱਭਿਆਚਾਰਕ ਬੱਚਿਆਂ ਦੀ ਪਰਫੋਰਮੈਂਸ ਦੇਖ ਰਹੇ ਹਾਂ, ਤੁਹਾਨੂੰ ਮੈਂ ਕੁਛ ਆਪਣੇ ਸੱਭਿਆਚਾਰ ਬਾਰੇ ਜਾਣਨਾ ਪਾਉਣਾ ਚਾਹਾਂਗਾ। ਸੱਭਿਆਚਾਰ ਕਿਸੇ ਖਾਸ ਖਿੱਤੇ ਵਿੱਚ ਵੱਸਦੇ ਲੋਕਾਂ ਦੀ ਜੀਵਨ ਜਾਂਚ ਹੁੰਦੀ ਹੈ। ਇਹ ਉਹਨਾਂ ਲੋਕਾਂ ਦੇ ਰਹਿਣ ਸਹਿਣ, ਕਦਰਾਂ ਕੀਮਤਾਂ, ਵਿਚਾਰਾਂ, ਮਨੋਤਾਂ, ਵਿਸ਼ਵਾਸ, ਰੀਤੀ ਰਿਵਾਜਾਂ, ਖਾਣ ਪੀਣ, ਪਹਿਰਾਵੇ, ਬੋਲੀ ਅਤੇ ਤਿਉਹਾਰਾਂ ਦਾ ਸੁਮੇਲ ਹੁੰਦਾ ਹੈ। ਜੈਸੀ ਪ੍ਰਕਿਰਤੀ ਓਪਰੀ ਨਜ਼ਰੇ ਸਧਾਰਨ ਜਿਹੀ ਜਾਪਦੀ ਹੈ, ਲੇਕਿਨ ਇੱਕ ਜਟਿਲ ਪ੍ਰਤਾਰਾ ਇਹਦੇ ਨਿਰਮਾਣ ਵਿੱਚ ਬਹੁਤ ਲੰਬੀ ਘਾਲਣਾ ਹੁੰਦੀ ਹੈ, ਇੱਕ ਲੰਬਾ ਇਤਿਹਾਸ ਹੁੰਦਾ ਹੈ ਕਿਸੇ ਵੀ ਖਾਸ ਇਲਾਕੇ ਦੇ ਸੱਭਿਆਚਾਰ ਵਿੱਚ। ਜੇ ਗੱਲ ਕਰੀਏ ਪੰਜਾਬੀ ਸੱਭਿਆਚਾਰ ਦੀ, ਇੱਕ ਅਜਿਹੀ ਜੀਵਨ ਜਾਂਚ ਹੈ ਜਿਸ ਦਾ ਖੇਤਰ ਭਾਵੇਂ ਛੋਟਾ ਹੈ ਖੇਤਰਫਲ ਪੱਖੋਂ, ਇਸ ਨੇ ਕੇਵਲ ਭਾਰਤ ਨਹੀਂ ਸਗੋਂ ਸਮੁੱਚੇ ਵਿਸ਼ਵ ਵਿੱਚ ਆਪਣੀ ਵੱਖਰੀ ਪਛਾਣ ਕਾਇਮ ਕੀਤੀ ਹੈ ਪੰਜਾਬੀ ਸੱਭਿਆਚਾਰ ਦੀ, ਜਿਸ ਦਾ ਕਾਰਨ ਇਸ ਦੇ ਵੱਖਰੇ ਪਛਾਣ ਚਿੰਨ੍ਹ ਹਨ। ਵੈਦਿਕ ਸੱਭਿਆਚਾਰ ਤੋਂ ਲੈ ਕੇ ਪ੍ਰਾਚੀਨ ਭਾਰਤ ਇਤਿਹਾਸ ਤੋਂ ਲੈ ਕੇ ਇਸਦਾ ਬਹੁਤ ਵਿਲੱਖਣ ਸਿਰਜਣਸ਼ੀਲ ਇਤਿਹਾਸ ਹੈ। ਮਹਾਭਾਰਤ ਕਾਲ ਵਿੱਚ ਪੰਜਾਬ ਵਿੱਚ ਪੰਜ ਦਰਿਆਵਾਂ ਕਰਕੇ ਸਰਪੰਚ ਨਾਲ ਕਿਹਾ ਜਾਣ ਲੱਗਾ। ਮੁਸਲਮਾਨਾਂ ਦੇ ਆਗਮਨ ਨਾਲ ਇਸਦਾ ਨਾਮ ਪੰਜ ਪਲੱਸ ਆ ਪੰਜ ਬਣ ਗਏ ਧਰਤੀ ਪੰਜਾਬ ਕਿਹਾ ਜਾਣ ਲੱਗਾ। ਇਸ ਭਾਰਤੀ ਅਤੇ ਇਸਲਾਮੀ ਸੱਭਿਆਚਾਰ ਦਾ ਇੱਕ ਮਿਕਸ ਮੇਲ ਕਾਇਮ ਹੋਇਆ, ਜਿਸ ਦੇ ਕਾਰਨ ਸਿੱਖ ਗੁਰੂ ਸਾਹਿਬਾਨ ਜੋ ਕਿ 500 ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਦਾ ਆਗਮਨ ਪੁਰਬ ਮਨਾਇਆ, ਸਿੱਖ ਗੁਰੂ ਸਾਹਿਬ ਦੇ ਆਗਮਨ ਨਾਲ ਇੱਕ ਵੱਖਰੀ ਸ਼ੋ ਪ੍ਰਾਪਤ ਹੋਈ ਪੰਜਾਬੀ ਸੱਭਿਆਚਾਰ ਨੂੰ। ਲੇਕਿਨ ਹੌਲੀ ਹੌਲੀ 1947 ਦੀ ਵੰਡ, ਉਸ ਤੋਂ ਬਾਅਦ 1966 ਭਾਸ਼ਾ ਆਧਾਰ ਤੇ ਸੂਬੇ ਦੀ ਵੰਡ ਨਾਲ ਇੱਕ ਛੋਟਾ ਜਿਹਾ ਇਲਾਕਾ ਪੰਜਾਬ ਦਾ ਰਹਿ ਗਿਆ, ਲੇਕਿਨ ਫਿਰ ਵੀ ਪੰਜਾਬੀ ਸੱਭਿਆਚਾਰ ਇੱਕ ਆਪਣੀ ਵੱਖਰੀ ਪਛਾਣ ਪਾਉਣੀ ਸੰਸਾਰ ਤੇ ਕਹਿਣ। ਇਸ ਦੇ ਮੁੱਖ ਲੱਛਣ ਹਿੰਦੁਸਤਾਨ ਦਾ ਪ੍ਰਵੇਸ਼ ਦੁਆਰ ਹੋਣ ਕਰਕੇ ਪੰਜਾਬ ਜਿਹੜਾ ਬਾਹਰਲੇ ਹਮਲਾਵਰਾਂ ਦਾ ਸਾਹਮਣਾ ਕਰਦਾ ਰਿਹਾ, ਜਿਸ ਵਿੱਚ ਬਲਿਦਾਨ, ਇਸ ਕਰਕੇ ਇੱਥੋਂ ਲੋਕਾਂ ਵਿੱਚ ਬਲਿਦਾਨ ਦਲੇਰੀ ਜਿਹੇ ਗੁਣ ਘੁੱਟ ਘੁੱਟ ਕੇ ਭਰੇ ਗਏ ਨੇ। ਇਹ ਕਿਸੇ ਦੇ ਗੁਲਾਮ ਨਿਭਾਉਣ ਨਾਲ ਮੌਤ ਨੂੰ ਤਰਜੀਹ ਦਿੰਦੇ ਹਨ ਪੰਜਾਬ। ਇਸ ਦੀ ਵੱਖਰੀ ਨਿਹਾਰ, ਇਸ ਦੇ ਮੇਲਿਆਂ, ਰਸਮਾਂ, ਰਿਵਾਜਾਂ, ਜੋ ਤੁਸੀਂ ਕਾਫੀ ਚੀਜ਼ਾਂ ਆਪਾਂ ਦੇਖੀਆਂ ਪਰਫੋਰਮੈਂਸ ਦੇ ਵਿੱਚ ਵੀ, ਮੇਲੇ, ਰਸਮ ਰਿਵਾਜ਼, ਲੋਕ ਖੇਡਾਂ, ਲੋਕ ਕਿੱਤਿਆਂ, ਲੋਕ ਕਲਾਵਾਂ, ਲੋਕ ਨਾਚ ਤੁਸੀਂ ਅੱਜ ਬਖੂਬ ਦੇਖਿਆ ਲੋਕ ਨਾਚ ਸਾਰਿਆਂ ਨੇ। ਨਕਲਾਂ, ਪਹਿਰਾਵੇ ਆਦਿ ਤੋਂ ਇਸ ਦੀ ਵੱਖਰੀ ਪਛਾਣ ਦੇਖੀ ਜਾ ਸਕਦੀ ਹੈ। ਹਾਂਜੀ, ਮੈਂ ਤੁਹਾਡਾ ਬੇਸਕਿਮ ਸਮਾਂ, ਜ਼ਿਆਦਾ ਟਾਈਮ ਨਹੀਂ ਵੇਸਟ ਕਰੂੰਗਾ, ਕੁਝ ਗੱਲਾਂ ਸਾਂਝੀਆਂ ਸਰ ਨੇ ਕਿਹਾ ਸੀ ਕਰਨੀਆਂ। ਐਨਡ ਫਸਟ ਯੂਰੀ ਆ ਪੇਰੈਂਟਸ ਆਏ ਹੋਏ ਆ। ਸਭ ਤੋਂ ਪਹਿਲਾਂ ਮੈਂ ਐਜੂਕੇਸ਼ਨ ਬਾਰੇ ਦੋ ਚੱਲਣਾ ਦੂਰ ਦੱਸਿਆ ਜਾਊਂਗਾ ਕਿ ਏਮ, ਐਜੂਕੇਸ਼ਨ ਦਾ ਏਮ, ਉਦੇਸ਼। ਸਭ ਤੋਂ ਮੇਨ ਜਿਹੜਾ ਬੱਚੇ ਐਜੂਕੇਟ ਹੁੰਦੇ ਆ ਉਹਨਾਂ ਚਰਿੱਤਰ ਨਿਰਮਾਣ, ਆਚਰਣ ਪਰਫੈਕਟ ਬੱਚੇ ਦਾ ਹੁੰਦਾ ਸਿੱਖਿਆ ਨਾਲ, ਬੱਚਿਆਂ ਨੂੰ ਆਪਣੀ ਸੰਸਕ੍ਰਿਤੀ ਸੱਭਿਆਚਾਰ ਨਾਲ ਜੋੜਨਾ, ਜੋ ਕਿ ਆਪਾਂ ਇਹ ਚੀਜ਼ ਦੇਖੀਆਂ ਬੱਚੇ ਆਪਣੇ ਸੱਭਿਆਚਾਰ ਨਾਲ ਰਿਲੇਟਡ ਬਹੁਤ ਸਾਰੀ ਜਿਹੜੀ ਐਜੂਕੇਸ਼ਨ ਮੇਨ ਏਮ ਕਿਹਾ ਕਿ ਵਿਅਕਤੀ ਦੇ ਮਾਨ, ਸਰੀਰ ਅਤੇ ਆਤਮਾ ਦਾ ਪੂਰਨ ਵਿਕਾਸ ਹੋਵੇ। ਬੱਚੇ ਨੂੰ ਰੋਜ਼ੀ ਰੋਟੀ ਆਫਕੋਰਸ ਤਿਆਰ ਕਰਨਾ, ਸਟੱਡੀ ਕਰੂ, ਜੋਬ ਕਰੂਗਾ, ਰੋਜ਼ੀ ਰੋਟੀ ਲਈ ਤਿਆਰ ਕਰਨਾ, ਚੰਗੇ ਨਾਗਰਿਕ ਦੇ ਗੁਣ ਉਹਦੇ ਵਿੱਚ ਆਰਾਊਂਡ ਡਿਵੈਲਪਮੈਂਟ ਕਰਨ, ਇਮੋਸ਼ਨਲੀ, ਫਿਜ਼ੀਕਲੀ, ਭਾਵਨਾਤਮਕ ਤੌਰ 'ਤੇ ਉਸਨੂੰ ਕਾਇਮ ਕਰਨਾ। ਇਹ ਸਾਰਾ ਕੁਝ ਇੱਕ ਚੀਜ਼ ਨਾਲ ਹੀ ਹੁੰਦਾ, ਸਮਾਜ, ਸਕੂਲ, ਪੇਰੈਂਟਸ, ਇਹ ਚੀਜ਼ਾਂ ਸੁਮੇਲ ਨਾਲ ਬੱਚੇ ਦੀ ਆਲਰਾਊਂਡ ਡਿਵੈਲਪਮੈਂਟ ਹੁੰਦੀ ਹੈ। ਕਿਉਂ ਕਾਫੀ ਸਮਾਂ ਬੱਚੇ ਸਕੂਲ 'ਚ ਵੀ ਗੁਜ਼ਾਰਨਾ, ਪਰਿਵਾਰ 'ਚ, ਫੈਮਿਲੀ ਦਾ ਇਨਵਾਇਰਮੈਂਟ ਬੱਚੇ ਦਾ ਕਿਸ ਤਰ੍ਹਾਂ ਦਾ, ਇਸ ਕਰਕੇ ਸਾਰਿਆਂ ਦਾ ਫਰਜ਼ ਬਣਦਾ ਕਿ ਬੱਚਿਆਂ ਦੀ ਉੱਤਮ ਭਵਿੱਖ ਵਾਸਤੇ, ਚੰਗੇ ਡਿਵੈਲਪਮੈਂਟ ਵਾਸਤੇ ਆਪਣਾ ਆਪਣਾ ਰੋਲ ਅਦਾ ਕਰਨ। ਹਾਂਜੀ, ਹੁਣ ਸਮੇਂ 'ਚ ਕੁਝ ਬੱਚਿਆਂ ਨੂੰ ਸਮੱਸਿਆਵਾਂ ਆਉਂਦੀਆਂ, ਉਹਨਾਂ ਬਾਰੇ ਮੈਂ ਸੁਧਾਰ ਨੂੰ ਜ਼ਿਕਰ ਕਰਨਾ ਚਾਹੂੰਗਾ। ਉਹ ਬੱਚਿਆਂ ਨੂੰ ਹੁਣ ਸਮੇਂ ਵਿੱਚ ਫੋਨ ਦੀ ਸਮੱਸਿਆ ਬਹੁਤ ਆ ਜੀ। ਫੋਨ ਆਪਣਾ ਅੰਗ ਹਰੇਕ ਦੀ ਜੇਬ ਵਿੱਚ ਹੋਊਗਾ ਕਿ ਆਇੰਦਾ ਸਕੂਲ ਅਕਸਰ ਕਿ ਬੱਚੇ ਫੋਨ ਬਹੁਤ ਯੂਜ਼ ਕਰਦੇ। ਉਹਦੇ ਵਿੱਚ ਪਹਿਲਾ ਫਰਜ਼ ਮੈਂ ਜ਼ਰੂਰ ਪੇਰੈਂਟਸ ਨੂੰ ਕਹੂੰਗਾ, ਥੋੜ੍ਹਾ ਖਿਆਲ ਰੱਖਣ ਜ਼ਰੂਰ ਕਿ ਛੋਟੇ ਬੱਚੇ ਨਕਲ ਕਰਨੀ, ਛੋਟੇ ਬੱਚੇ ਇੱਕ ਕਾਗਜ਼ਮਾਨ ਹੁੰਦੇ, ਉਹਨਾਂ ਨੇ ਖਾਸ ਕਰਕੇ ਛੋਟੇ ਬੱਚਿਆਂ ਵਾਸਤੇ ਮੈਂ ਕਹਿ ਰਿਹਾ ਕਿ ਉਹਨਾਂ ਨੇ ਅਕਲ ਕਰਨੀ ਹੁੰਦੀ ਹੈ। ਜੇ ਆਪਾਂ ਬੱਚਾ ਪੜ੍ਹ ਰਿਹਾ, ਆਪਾਂ ਹਲਕਾ ਫੁਲਕਾ ਫੋਨ ਕੱਢ ਲਿਆ, ਵੇਖਣ ਲੱਗ ਗਏ ਤਾਂ ਅਫਕੋਰਸ ਤੋਂ ਮੰਗਣ। ਇਹ ਜਿਹੀਆਂ ਛੋਟੀ ਚੀਜ਼ਾਂ ਧਿਆਨ ਰੱਖਣ ਕਿ ਬੱਚਿਆਂ ਸਟੱਡੀ ਵਿੱਚ ਸਕੂਲ ਨਾਲ ਕੋਆਪਰੇਟ ਕਰਨ। ਇੰਨਾ ਕਹਿੰਦਾ ਮੈਂ ਤੁਹਾਡਾ ਕੀਮਤ ਸਮਾਂ ਲਿਆ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ। ਥੈਂਕ ਯੂ।
Yeah.
मालिक गला
ਲੈ ਕੇ ਚੱਲੀ ਸੰਤੀ ਮੱਥੇ ਲੱਗ ਗਿਆ ਤਾਰਾ ਬਈ ਕੁੰਡ ਚੱਕ ਕੇ ਵੇਖ ਓ ਬਈ ਕੁੰਡ ਚੱਕ ਕੇ ਵੇਖਣ ਲੱਗੀ ਕਣਕਾਂ ਲੈਣੋ ਲਾਰਾ ਬਈ ਦਿਲ ਤਾਂ ਮੇਰਾ ਐਵੇਂ ਪਿਘਲ ਗਿਆ ਜਾਂ ਬੋ ਦਲ ਵਿੱਚ ਪਾਰਾ ਹਾਲੀਆ ਨੇ ਹਾਰ ਸਕਦੇ ਗੱਡੀ ਵਿੱਚ ਪਾ ਕੇ ਜੈ ਕਰੇ ਕਰਦੀ ਤੇਰਾ ਤੇਰਾ ਦੋ ਦਿਓ ਮੈਂ ਬੋਲਦਾ ਅੱਲਾਹ
ਆਸ ਤੇ ਉੱਤੇ ਰਲ ਕੇ ਅੱਲਾ ਬੋਲਦੇ ਹੋ, ਮੈਂ ਬੋਲਦਾ ਅੱਲਾਹੂ ਦੇ ਤੁਸੀਂ ਵਾਹਿਗੁਰੂ ਬੋਲਦੇ ਹੋ, ਮੈਂ ਬੋਲਦਾ ਅੱਲਾਹੂ ਦੇ ਤੁਸੀਂ ਵਾਹਿਗੁਰੂ ਬੋਲਦੇ ਹੋ, ਅੱਲਾਹੂ ਵਾਹਿਗੁਰੂ, ਅੱਲਾਹੂ ਵਾਹਿਗੁਰੂ, ਮਾਣਦਾ ਕੀ ਹੈ ਨੰਗ ਮਲਾਂਗੇ ਚੱਕ ਮਾਏ ਦਾ ਡੇਰਾ, ਪਾਗਲ ਲੋਕੀ ਕਿੱਥੇ ਜਾਣਨੇ ਦੀ ਸੋਚਦਾ ਘੇਰਾ, ਮਾਣਦਾ ਕੀ ਹੈ ਨੰਗ ਮਲਾਂਗੇ ਚੱਕ ਮਾਏ ਦਾ ਡੇਰਾ, ਪਾਗਲ ਲੋਕੀ ਕਿੱਥੇ ਜਾਣਨੇ ਦੀ ਸੋਚਦਾ ਘੇਰਾ, ਨਫ਼ਰਤ ਹਿੱਸਾ ਜਾਤ ਪਾਤ ਨੂੰ, ਨਫ਼ਰਤ ਹਿੱਸਾ ਜਾਤ ਪਾਤ ਨੂੰ ਪੈਰਾਂ ਥੱਲੇ ਰੋਲਦੇ ਹੋ, ਮੈਂ ਬੋਲਦਾ ਅੱਲਾਹੂ ਦੇ ਤੁਸੀਂ ਵਾਹਿਗੁਰੂ ਬੋਲਦੇ ਹੋ, ਮੈਂ ਬੋਲਦਾ ਅੱਲਾਹੂ ਦੇ ਤੁਸੀਂ ਵਾਹਿਗੁਰੂ ਬੋਲਦੇ ਹੋ, ਮੈਂ ਬੋਲਦਾ ਅੱਲਾਹੂ ਦੇ ਤੁਸੀਂ ਵਾਹਿਗੁਰੂ ਬੋਲਦੇ ਹੋ, ਅੱਲਾਹੂ ਦਸਮੇਸ਼ ਪਬਲਿਕ ਸਕੂਲ ਦੇ ਕੈਂਪਸ ਵਿੱਚ ਪਹੁੰਚਦੇ ਹੋਏ ਸਤਿਕਾਰਯੋਗ ਸਾਡੇ ਚੇਅਰਮੈਨ ਸਾਹਿਬ ਸਰਦਾਰ ਪ੍ਰਿਤਪਾਲ ਸਿੰਘ, ਚੇਅਰਮੈਨ ਬਲਾਕ ਸਮਤੀ ਕੋਟੀ ਸਿੱਖਾਂ ਦਾ ਪਹੁੰਚਣ ਤੇ ਧੰਨਵਾਦ ਕਰਦੇ ਹਾਂ, ਜੀ ਆਇਆਂ ਨੂੰ ਆਖਦੇ ਹਾਂ। ਸਰਦਾਰ ਸਰਬਜੀਤ ਸਿੰਘ ਸੰਧੂ, ਪ੍ਰੈਜ਼ੀਡੈਂਟ ਬ੍ਰੈਕਸ ਕਿਰਨ ਐਸੋਸੀਏਸ਼ਨ ਮੋਗਾ, ਸਾਡੇ ਵੀਰ ਜਗਤਾਰ ਸੰਧੂ ਜੀ, ਸੁਖਮੰਦਰ ਗਿੱਲ ਸਰਪੰਚ ਜੀ, ਔਰ ਮੇਰੇ ਗ੍ਰਾਈ ਜਿੰਨੇ ਵੀ ਆਏ ਆ ਸਾਰਿਆਂ ਦਾ ਇੱਥੇ ਆਉਣ ਤੇ ਧੰਨਵਾਦ ਹੈ, ਸ਼ੁਕਰੀਆ ਦਾ। ਔਰ ਖਾਸ ਤੌਰ ਤੇ ਮੈਂ ਪੇਰੈਂਟਸ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਆਸ ਉਮੀਦ ਤੋਂ ਜ਼ਿਆਦਾ ਸਾਡਾ ਸਾਥ ਦਿੱਤਾ, ਸਾਨੂੰ ਰਿਸਪੋਂਸ ਦਿੱਤਾ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਇੱਥੇ ਵਿਹੜੇ ਦੇ ਵਿੱਚ ਚਰਨ ਪਾ ਕੇ ਸਾਨੂੰ ਮਾਣ ਬਖਸ਼ਿਆ। ਸਾਰੇ ਜਿਹੜੇ ਮਾਪਿਆਂ ਦਾ ਇੱਥੇ ਪਹੁੰਚਣ ਤੇ ਤਹਿ ਦਿਲੋਂ ਧੰਨਵਾਦ ਹੈ ਸਾਡੇ ਵੱਲੋਂ, ਮੈਨੇਜਮੈਂਟ ਵੱਲੋਂ, ਔਰ ਸਾਡੇ ਵੀਰ 7+ ਚੈਨਲ ਤੋਂ, ਮੇਰਾ ਛੋਟਾ ਵੀਰ, ਮੇਰਾ ਗ੍ਰਾਈ ਨਰੇਸ਼ ਕੌੜਾ ਜੀ, ਉਹਨਾਂ ਦਾ ਵੀ ਧੰਨਵਾਦ ਕਰਦੇ, ਇੱਥੇ ਉਹਨਾਂ ਨੇ ਟਾਈਮ ਕੱਢਿਆ ਸਵੇਰ ਦੇ ਜਿਹੜੇ ਸੇਵਾ ਦੇ ਵਿੱਚ ਉਹ ਹਾਜ਼ਰ ਨੇ। ਔਰ ਹੁਣ ਮੈਂ ਬੇਨਤੀ ਕਰਾਂ ਸਾਡੇ ਚੇਅਰਮੈਨ ਸਾਹਿਬ ਸਰਦਾਰ ਪ੍ਰਿਤਪਾਲ ਸਿੰਘ ਚਾਲ, ਚੇਅਰਮੈਨ ਬਲਾਕ ਸਮਤੀ ਕੋਟੀ ਸਿੱਖਾਂ, ਪਲੀਜ਼ ਸਟੇਜ ਤੇ ਆਉਣ। ਉਹਨਾਂ ਦੇ ਨਾਲ ਸਰਬਜੀਤ ਸੰਧੂ ਜੀ, ਜਗਤਾਰ ਸੰਧੂ, ਸੁਖਮੰਦਰ ਗਿੱਲ ਜੀ, ਸਾਡੇ ਵੀਰ ਜਿਹੜੇ ਬੱਚਿਆਂ ਨੂੰ ਜਿਨ੍ਹਾਂ ਨੇ ਆਪਣੇ ਅਚੀਵਮੈਂਟਸ ਕੀਤੀਆਂ ਨੇ ਉਹਨਾਂ ਦਾ ਮਾਣ ਸਨਮਾਨ ਕਰਨਾ। ਸੋ ਬੇਨਤੀ ਆ, ਪਲੀਜ਼ ਕਮ ਔਨ ਦਾ ਸਟੇਜ। ਨਾਮ ਨਹੀਂ ਵੀ ਲਿਆ ਗਿਆ ਵੀਰੇ, ਉਹ ਵੀ ਕਿਰਪਾ ਮੇਰਾ ਕਬੂਲ ਕਰੋ, ਮੇਰੇ ਸੋਹਣੇ ਸੋਹਣੇ ਚਿਹਰੇ ਪਿੰਡ ਦੇ ਬੈਠੇ ਨੇ, ਬਹੁਤ ਧੰਨਵਾਦ ਇੱਥੇ ਆਉਣ ਤੇ, ਹੋ ਜਾਂਦੇ ਦਿਮਾਗ ਚੋਂ ਵੀ ਕੋਈ ਨਾ, ਇਹ ਤਾਂ ਆਪਦਾ ਹੀ ਆ। ਸੋ ਆਨਰੇਬਲ ਨੇ ਸਾਡੇ ਧੰਨਵਾਦ ਆ ਜਿਨ੍ਹਾਂ ਨੇ ਟਾਈਮ ਕੱਢਿਆ, ਔਰ ਧੰਨਵਾਦ ਤੁਹਾਡਾ ਵੀ ਜਿਹੜਾ ਮੇਰੀ ਆਸ ਤੋਂ ਤੁਸੀਂ ਜ਼ਿਆਦਾ ਆਏ ਅੱਜ, ਕਿਉਂਕਿ ਪੇਰੈਂਟਸ ਦੀ ਸ਼ਮੂਲੀਅਤ ਦੇ ਨਾਲ DPS ਦਾ ਇਹ ਪਹਿਲਾ ਫੰਕਸ਼ਨ ਆ ਜਿੱਥੇ ਹੋ ਸਕਦਾ ਸਾਡੇ ਕੋਲੋਂ ਕੋਈ ਨਾ ਕੋਈ ਕਮੀ ਰਹਿ ਗਈ ਹੋਵੇ ਕਿਤੇ ਤੁਹਾਡੀ ਖਾਤਰਦਾਰੀ ਦੇ ਵਿੱਚ, ਤੁਹਾਨੂੰ ਜੀ ਆਇਆਂ ਕਹਿਣ ਦੇ ਵਿੱਚ, ਪਰ ਤੁਹਾਡੇ ਹੰਗਾਰੇ ਦਾ ਜਿਹੜਾ ਬਹੁਤ ਬਹੁਤ ਅਸੀਂ ਮਸ਼ਕੂਰ ਹਾਂ, ਬਹੁਤ ਧੰਨਵਾਦੀ ਹਾਂ ਜਿਹੜਾ ਤੁਸੀਂ ਪਹੁੰਚੇ, ਔਰ ਬੱਚਿਆਂ ਨੇ ਬੜੀਆਂ ਵਧੀਆ ਪਰਫਾਰਮੈਂਸਿਸ ਦਿੱਤੀਆਂ, ਔਰ ਇਹਨਾਂ ਬੱਚਿਆਂ 'ਚੋਂ ਹੀ ਸਾਡੇ ਭਵਿੱਖ ਦੇ ਜਿਹੜੇ ਕਲਾਕਾਰ ਆ, ਸਾਡੇ ਭਵਿੱਖ ਦੇ ਡਾਕਟਰ, ਲੀਡਰ, ਇੰਜੀਨੀਅਰ ਜਿਹੜੇ ਉਹ ਆਉਣੇ ਆ। ਹੁਣ ਮੈਂ ਬੇਨਤੀ ਕਰਾਂ ਐਥਲੈਟਿਕਸ ਦੀਆਂ, ਉਹਨਾਂ ਦੇ ਗੇਮਸ ਦੀਆਂ, ਉਹਨਾਂ ਦੇ ਆਲ ਰਾਊਂਡ ਅਚੀਵਮੈਂਟਸ ਨੂੰ ਅਸੀਂ ਨੰਬਰ ਦਿੰਦੇ ਹਾਂ, ਔਰ ਉਹਨਾਂ ਦਾ ਫਸਟ ਸੈਕਿੰਡ ਥਰਡ ਕੱਢਦੇ ਹਾਂ, ਜਿਹੜੇ ਇਹਦੇ ਨਾਲ ਬੱਚਿਆਂ ਵਿੱਚ ਜਿਹੜੀ ਕੰਪੀਟੀਸ਼ਨ ਦੀ ਭਾਵਨਾ ਪੈਦਾ ਹੁੰਦੀ ਆ, ਬੱਚਿਆਂ ਦੇ ਪਰਸਨੈਲਿਟੀ ਦੇ ਵਿੱਚ ਇੰਪਰੂਵਮੈਂਟ ਆਉਂਦੀ ਆ, ਔਰ ਰੈੱਡ ਹਾਊਸ ਵਾਲਿਆਂ ਨੂੰ ਬੇਨਤੀ ਆ ਕਿ ਆਪਦਾ ਇਨਾਮ ਜਿਹੜਾ ਉਹ ਲੈਣ, ਜਿਹੜਾ ਰੈੱਡ ਹਾਊਸ ਅਕੈਡਮਿਕ ਸੈਸ਼ਨ 2018-19 ਦੇ ਵਿੱਚ ਫਸਟ ਰਿਹਾ, ਜੇ ਉਹਨਾਂ ਦੇ ਟੀਚਰ ਰੈੱਡ ਹਾਊਸ ਪਲੀਜ਼, ਰੈੱਡ ਹਾਊਸ ਲੀਡਰਸ ਪਲੀਜ਼, 18-19 ਦੇ ਲੀਡਰਸ, ਚੇਅਰਮੈਨ ਸਾਹਿਬ ਦਾ ਜਿਨ੍ਹਾਂ ਨੇ ਟਾਈਮ ਕੱਢਿਆ। ਸੈਕਿੰਡ
ਸੈਕਿੰਡ ਤੇ ਗ੍ਰੀਨ ਹਾਊਸ ਦੇ ਬੱਚੇ ਟੀਚਰ ਹੈਡ ਉਹ ਵੀ ਆਉਣ ਲੀਡਰਸ 18 ਦੇ ਲੀਡਰਸ ਪਲੀਜ਼ ਜਿਹੜੇ ਸੈਕਿੰਡ ਰਹੇ ਆ ਓਵਰਆਲ ਪਰਫਾਰਮੈਂਸ ਦੇ ਵਿੱਚ ਲਓ ਬੇਟੇ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਥਰਡ ਬਲਿਊ ਵਾਲੇ ਬਹੁਤ ਬਹੁਤ ਧੰਨਵਾਦ ਔਰ ਜਿਹੜਾ ਤੁਸੀਂ ਹੁਣੇ ਪਰਫਾਰਮੈਂਸ ਦੇਖੀ ਹੈ ਬੱਚਿਆਂ ਦੇ ਮਲਵਈ ਗਿੱਧੇ ਦੀ ਜਿਹੜੇ ਉਹਦੇ ਪਿੱਛੇ ਜਿਨ੍ਹਾਂ ਦੀ ਮਿਹਨਤ ਆ ਸਾਡੇ ਸਤਿਕਾਰਯੋਗ ਮਨਿੰਦਰ ਮੋਗਾ ਜੀ ਫਿਲਮ ਅਤੇ ਟੀਵੀ ਕਲਾਕਾਰ ਆ ਉਹ ਵੀ ਬੇਨਤੀ ਹੈ ਵੀ ਉਹ ਨੇੜੇ ਆ ਤਾਂ ਆ ਕੇ ਆਪਦਾ ਜਿਹੜਾ ਸਨਮਾਨ ਕੇ ਆਪਣਾ ਜਿਹੜਾ ਸਨਮਾਨ ਚੇਅਰਮੈਨ ਸਾਹਿਬ ਤੋਂ ਲੈ ਲੈਣ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬੜੇ ਕਾਫੀ ਦਿਨਾਂ ਤੋਂ ਮਿਹਨਤ ਕੀਤੀ ਆ ਮੋਗੇ ਤੋਂ ਆ ਕੇ ਸਪੈਸ਼ਲ ਟਾਈਮ ਕੱਢਿਆ ਔਰ ਬੱਚਿਆਂ ਨੂੰ ਮਿਹਨਤ ਕਰਵਾਈ ਔਰ ਇਹਨਾਂ ਦੀ ਕਰਵਾਈ ਹੋਈ ਮਿਹਨਤ ਸਾਡੇ ਸਾਰਿਆਂ ਦੇ ਸਾਹਮਣੇ ਵੀ ਆਈ ਹੈ ਬਹੁਤ ਧੰਨਵਾਦ ਮਨਿੰਦਰ ਜੀ ਦਾ ਔਰ ਸਾਡੇ ਬਹੁਤ ਹੀ ਹੋਣਹਾਰ ਸਟੂਡੈਂਟ ਨਵਰੀਤ ਕੌਰ ਜਿਨ੍ਹਾਂ ਨੇ 10th CBSE ਦੇ ਬੋਰਡ ਦੀ ਪ੍ਰੀਖਿਆ ਦੇ ਉਹ ਵੀ ਆਪਣਾ ਮਾਨ ਸਨਮਾਨ ਜਿਹੜਾ ਚੇਅਰਮੈਨ ਸਾਹਿਬ ਤੋਂ ਔਰ ਸਾਡੇ ਜਿਹੜੇ ਸਕੂਲ ਦੇ ਹੋਣਹਾਰ ਸਟੂਡੈਂਟ ਸਾਡੇ ਹਰਪ੍ਰੀਤ ਸਿੰਘ ਪਲੱਸ ਟੂ ਕਲਾਸ ਤੋਂ ਜਿਨ੍ਹਾਂ ਨੇ ਸਟੇਟ ਲੈਵਲ ਤੱਕ ਪਰਫਾਰਮ ਕੀਤਾ ਗੇਮਸ ਦੇ ਵਿੱਚ ਕਲੈਪਿੰਗ ਪਲੀਜ਼ ਔਰ ਸਾਡੀ ਜਿਹੜੀ ਬੜੀ ਇਹਨੇ ਮਿਹਨਤ ਦੇ ਨਾਲ ਮੁੰਡੇ ਨੇ ਨਾਂ ਰੋਸ਼ਨ ਕੀਤਾ ਸਟੇਟ ਖੇਡ ਕੇ ਆਇਆ ਮੁੰਡਾ 2-4 ਦਿਨ ਪਹਿਲਾਂ ਔਰ ਇਹਨਾਂ ਦਾ ਵੀ ਅਸੀਂ ਜਿਹੜਾ ਉਹ ਮਾਨ ਸਨਮਾਨ ਕਰ ਰਹੇ ਹਾਂ ਔਰ ਇੱਕ ਮੁੰਡਾ ਇਹਦੇ ਨਾਲ ਇਹ ਮੁੰਡਾ ਜਿਹੜਾ ਹੈਗਾ ਜੈਵਲਨ ਥਰੋ ਦੇ ਵਿੱਚ ਸਟੇਟ ਦੇ ਵਿੱਚ ਗਿਆ ਔਰ ਇੱਕ ਮੁੰਡਾ ਮਨਵੀਰ ਸਿੰਘ ਲੌਂਗ ਜੰਪ ਦੇ ਵਿੱਚ ਮੁੰਡੇ ਦਾ ਹਾਈਟ ਤਾਂ ਬਾਹਲੀ ਲੌਂਗ ਨਹੀਂ ਹੈਗੀ ਪਰ ਜੰਪ ਬੜਾ ਲੌਂਗ ਮਾਰਦਾ ਇਹ ਵੀ ਲੌਂਗ ਜੰਪ ਜਿਹੜਾ 20-22 ਫੁੱਟ ਛਾਲ ਮਾਰ ਜਾਂਦਾ ਔਰ ਸਟੇਟ ਦੇ ਵਿੱਚ ਇਹਨੇ ਵੀ ਜਾ ਕੇ ਉੱਥੇ ਧੂੜਾ ਪੱਟੀਆਂ ਸੰਗਰੂਰ ਸੀ ਸਾਡੇ ਟੂਰਨਾਮੈਂਟ ਔਰ ਸਾਨੂੰ ਬੜਾ ਮਾਣ ਹੈ ਇਹ ਜਿਹੇ ਬੱਚਿਆਂ 'ਤੇ ਜਿਹੜੇ ਅਕੈਡਮਿਕਸ ਦੇ ਨਾਲ ਗੇਮਸ ਦੇ ਵਿੱਚ ਵੀ ਜਿਹੜਾ ਉਹ ਨਾਂ ਰੋਸ਼ਨ ਕਰ ਰਹੇ ਆ ਮੈਂ ਬੇਨਤੀ ਕਰਾਂ ਮੇਰੇ ਵੀਰ ਮਨੀਸ਼ ਜੀ ਨੂੰ ਕਿ ਚੇਅਰਮੈਨ ਸਾਹਿਬ ਦਾ ਮਾਣ ਸਨਮਾਨ ਕਰਨ ਇੱਥੇ ਪਹੁੰਚਣ ਤੇ ਮੇਰਾ ਛੋਟਾ ਵੀਰ ਮਨੀਸ਼ ਨੂੰ ਕਲੈਪਿੰਗ ਪਲੀਜ਼ ਬੱਬੂ ਕਹਿੰਦੇ ਆ ਪਿਆਰ ਨਾਲ ਪਰ ਹੈ ਇਹਦਾ ਨਾਮ ਮਨੀਸ਼ ਆ ਭੱਠਾ ਮਾਲਕ ਨੇ ਵੀ ਚੇਅਰਮੈਨ ਸਾਹਿਬ ਦੇ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਰੌਣਕ ਨੂੰ ਵਧਾਇਆ ਕਿ ਆਪਣੇ ਟਾਈਮ 'ਚੋਂ ਟਾਈਮ ਕੱਢਿਆ ਬੜਾ ਪ੍ਰੀਸ਼ੀਅਸ ਟਾਈਮ ਹੁੰਦਾ ਵੱਡੇ ਬੰਦਿਆਂ ਕੋਲੇ ਸੋ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਇੱਥੇ ਪਹੁੰਚਣ ਦੇ ਤੇ ਵਿੱਚ ਉਹ ਰੇਡੀਓ ਤੇ CD ਵੀ ਪੈ ਜਾਂਦੀ ਆ ਇਹ ਉਹ ਆ ਸਾਰਾ ਕੁਝ ਇਹ ਤੋਂ ਕਲਾਸਾਂ ਲਵਾ ਲਓ ਕੰਪਿਊਟਰ ਦੀਆਂ ਸਾਇੰਸ ਦੀਆਂ ਲਵਾ ਲਓ ਮੈਥ ਲਵਾ ਲਓ ਹੋਸਟਿੰਗ ਕਰਾ ਲਓ ਤੇ ਇਹਦੇ ਨਾਲ ਲੜ ਲਓ ਗੁੱਸਾ ਹੀ ਨਹੀਂ ਕਰਦਾ ਲੈ ਬੱਤੇ ਇਹਦਾ ਮਾਣ ਸਨਮਾਨ ਜ਼ਰੂਰ ਕਰੋ ਆਪਣਾ ਇਹ ਮੁੰਡਾ ਜਿਹੜਾ ਬੜੇ ਗਾਉਣਾ ਇਹਦੇ ਵਿੱਚ ਇਹਨੂੰ ਉੱਚਾ ਨਹੀਂ ਉਹ ਵੀ ਕਈ ਵਾਰ ਬੋਲ ਲਈਦਾ ਤੇ ਪਰ ਨਹੀਂ ਗੁੱਸਾ ਕਰਦਾ ਗਾਉਣ ਹੁੰਦਾ ਇਹ ਵੀ ਬੰਦੇ ਦੇ ਵਿੱਚ ਨਹੀਂ ਆਪਾਂ ਮੂੰਹ ਫਲਾ ਕੇ ਬੈਠ ਜਾਂਦੇ ਹਾਂ ਜਾਂ ਕਈ ਵਾਰ ਹੈ ਨਾ ਉੱਚੀ ਨੀਵੀਂ ਹੋ ਜਾਏ ਪਰ ਨਹੀਂ ਕਰਦਾ ਇਹ ਸੋ ਇੱਕ ਵਾਰ ਫਿਰ ਸਾਰਿਆਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਬੜਾ ਇਹਨਾਂ ਨੇ ਮਤਲਬ ਸਾਥ ਦਿੱਤਾ ਸਾਡਾ ਵੀ ਇਹਨਾਂ ਦਾ ਵੀ ਧੰਨਵਾਦ ਆ ਸ਼ੁਕਰੀਆ ਅਦਾ ਕਰਦੇ ਹਾਂ ਡੋਨੇਸ਼ਨ ਕਲੈਕਟ ਕੀਤੀ ਸੀ ਮੀਨਸ ਕੋਈ ਬੰਦਿਸ਼ ਨਹੀਂ ਵੀ ਤੂੰ 100 ਦੇ ਤੂੰ 200 ਜੋ ਸ਼ਰਧਾ ਇਹ ਵੀ ਅਸੀਂ ਬੱਚੀ ਤੇ ਸਾਨੂੰ ਮਾਣ ਹੈ ਕਿ ਸਾਡੇ ਸਕੂਲ ਦਾ ਆਪਣੇ ਏਰੀਏ ਦਾ ਨਾਮ ਰੋਸ਼ਨ ਕੀਤਾ ਕੁੜੀ ਨੇ ਬੱਚਿਆਂ ਵੱਲੋਂ ਕਿ ਬੱਚਾ ਤੰਦਰੁਸਤ ਰਹੇ ਆਪਣੇ ਮਾਂ ਪਿਓ ਦੀਆਂ ਅੱਖਾਂ ਦੇ ਸਾਹਮਣੇ ਰਹੇ